हेलो फ्रेंड्स, वेलकम टू माय चैनल जिसका नाम है सिमरन पंजाबी। ये चैनल में खास तौर पे पंजाबी के स्टूडेंट लिए बनाया जो एंटी एग्जाम की तैयारी कर सकते हैं। तो इतने आके अपने एग्जाम की तैयारी वो कर सकते हैं। इससे तुम्हें डिफरेंट टाइप की इनफॉरमेशन प्रोवाइड करवा रही हैं जो तुम्हारे एग्जाम वास्ते जरूरी है। इस तो अलावा एमए के स्टूडेंट भी इतने आके अपनी तैयारी कर सकते हैं, क्योंकि तुम्हें पता ही है जिवें कॉलेज ते यूनिवर्सिटियां अजे ओपन नहीं हुई हैं, तो उन्होंने की स्टडी मटीरियल की लोड होंगी है, तो पंजाबी का स्टडी मटीरियल इतने तुम्हें मिल जाएगा। इस तो अलावा अनअकैडमी तो जाके भी तुसी मेरे कोर्सेज जड़े है वो देख सकते हैं। देखो प्राइस जोड़ा है वा अनअकैडमी का प्राइस ऑफ थर्ड मंथ एंड वन मंथ सबसक्रिप्शन विल बी इनक्रीज सून, यानी कि 3 मंथ के 1 मंथ की सबसक्रिप्शन बहुत जल्दी ही इनक्रीज हो जा रही है। अगर तुसी रेफर कोड यूज़ करते हो मेरा अनअकैडमी दे, 10% डिस्काउंट तुहानू उत्थे मिलेगा, जिस दे विच तुसी मेरे जिन्हिया भी प्लस क्लासेस ने, मेरे क्लासेस तो इलावा बाकी एजुकेटर्स जिहड़े होणगे उन्हां दीआं भी क्लासेस तुसी इस दे विच देख सकते हो। इस तो अलावा तुहानू होर की मिलेगा अनअकैडमी दे, ਉਹਦੇ ਵਿੱਚ ਤੁਹਾਨੂੰ ਪਲੱਸ ਤੇ ਆਈਕੋਨਿਕ ਦੋ ਤਰ੍ਹਾਂ ਦੇ ਸਬਸਕ੍ਰਿਪਸ਼ਨ ਤੁਸੀਂ ਲੈ ਸਕਦੇ ਹੋ, ਜਿਸ ਦੇ ਵਿੱਚ ਤੁਹਾਨੂੰ ਬੈਸਟ ਐਜੂਕੇਟਰਸ ਜਿਹੜੇ ਹੋਣਗੇ ਇੰਡੀਆ ਦੇ ਉਹ ਪੜ੍ਹਾਉਣਗੇ ਪਲੱਸ ਦੇ ਵਿੱਚ, ਫਿਰ ਲਾਈਵ ਕਲਾਸਿਸ ਚੱਲਣਗੇ। ਇਸ ਤੋਂ ਇਲਾਵਾ ਕੋਰਸ ਤੇ ਪੀਡੀਐਫ ਤੁਸੀਂ ਡਾਊਨਲੋਡ ਕਰ ਸਕਦੇ ਹੋ। ਟੈਸਟ ਤੇ ਕੁਇਜ਼ ਉਹ ਰੱਖਦੇ ਹੁੰਦੇ ਨੇ ਨਾਲ ਦੇ ਨਾਲ। ਇਸ ਤੋਂ ਇਲਾਵਾ ਆਈਕੋਨਿਕ ਦੇ ਵਿੱਚ ਜਾ ਕੇ ਤੁਸੀਂ ਕੀ ਕਰ ਸਕਦੇ ਹੋ, ਇਹਦੇ ਵਿੱਚ ਵੀ ਬੈਸਟ ਐਜੂਕੇਟਰ ਲਾਈਵ ਕਲਾਸਿਸ ਹੋਣਗੀਆਂ, ਪਰ ਇਸ ਦੇ ਨਾਲ ਕੀ ਹੋਏਗਾ ਤੁਹਾਨੂੰ ਇੱਕ ਪਰਸਨਲ ਕੋਚ ਦਿੱਤਾ ਜਾਏਗਾ ਆਈਕੋਨਿਕ ਦੇ ਵਿੱਚ, ਜਿਹੜੇ ਕਿ ਤੁਹਾਡੇ ਡਾਊਟ ਸੋਲਵ ਕਰੇਗਾ ਜਦੋਂ ਵੀ ਤੁਸੀਂ ਉਹਨੂੰ ਪੁੱਛੋਗੇ। ਇਸ ਤੋਂ ਇਲਾਵਾ ਸਟੱਡੀ ਮਟੀਰੀਅਲ ਉਹ ਤੁਹਾਨੂੰ ਪ੍ਰੋਵਾਈਡ ਕਰਵਾਏਗਾ। ਆਈਕੋਨਿਕ ਤੇ ਪਲੱਸ ਦੀ ਜਿਹੜੀ ਸਬਸਕ੍ਰਿਪਸ਼ਨ ਹੈ ਦੋਨਾਂ ਵਾਸਤੇ ਤੁਹਾਨੂੰ ਰੈਫਰ ਕੋਡ ਯੂਜ਼ ਕਰਨਾ ਪਏਗਾ, ਤੇ ਇਹ ਵੀ ਤੁਹਾਨੂੰ ਅਨਅਕੈਡਮੀ ਤੇ ਹੀ ਪਤਾ ਲੱਗੇਗਾ। ਇਸ ਤੋਂ ਇਲਾਵਾ ਫੀਸ ਜਿਹੜੀ ਹੈਗੀ ਆ ਤੁਸੀਂ ਹੁਣ ਦੇਖ ਲਓ, 1 ਮੰਥ ਦੀ ਫੀਸ ਜਿਹੜੀ ਹੈਗੀ ਆ ਅਨਅਕੈਡਮੀ ਤੇ 2900 ਆ ਜਾਂਦੀ ਹੈ, ਤੇ 3rd ਮੰਥ ਦੀ ਵੀ ਦੱਸੀ ਹੈ, 6 ਮੰਥ ਦੀ, 12 ਦੀ ਐਂਡ 24 ਮੰਥ ਦੀ। ਇਹਦੇ ਵਿੱਚ ਤੁਸੀਂ ਇੱਥੇ ਰੈਫਰਲ ਕੋਡ ਮੇਰਾ ਫਿਲ ਕਰਨਾ ਹੁੰਦਾ ਹੈ। ਜਦੋਂ ਰੈਫਰਲ ਕੋਡ ਫਿਲ ਕਰਦੇ ਹੋ ਨਾਲ ਦੇ ਨਾਲ 10% ਤੁਹਾਨੂੰ ਡਿਸਕਾਊਂਟ ਮਿਲ ਜਾਂਦਾ ਹੈ, ਤੇ ਜਿੰਨੇ ਮੰਥ ਦੀ ਸਬਸਕ੍ਰਿਪਸ਼ਨ ਲੈਣੀ ਹੈ ਉਹ ਲੈ ਸਕਦੇ ਹੋ। ਇਸ ਤੋਂ ਇਲਾਵਾ ਦੇਖੋ ਅਨਅਕੈਡਮੀ ਤੇ ਫੁੱਲ ਲੈਂਥ ਕੋਰਸ ਤੁਹਾਨੂੰ ਮਿਲਦੇ ਨੇ, MCQs ਹੁੰਦੇ ਨੇ, ਪ੍ਰੀਵੀਅਸ ਇਅਰਸ ਕੁਐਸਚਨ ਪੇਪਰ, ਬੈਚ ਕੋਰਸ ਸਟਾਰਟ ਹੁੰਦੇ ਨੇ। ਇਸ ਤੋਂ ਇਲਾਵਾ ਡਾਊਟ ਕਲੀਅਰ ਸੈਸ਼ਨ ਹੁੰਦਾ ਹੈ, ਵੀਕਲੀ ਕੁਇਜ਼ ਵੀ ਚੱਲਦੇ ਨੇ ਐਵਰੀ ਕੋਰਸ ਦੇ ਨਾਲ, ਜਿਹੜੇ ਕਿ 1 ਮੰਥ ਦੇ ਕੋਰਸ ਹੁੰਦੇ ਨੇ ਉਹਦੇ ਵਿੱਚ ਵੀਕਲੀ ਕੁਇਜ਼ ਵੀ ਹੁੰਦੇ ਨੇ। ਫੁੱਲ ਮੋਕ ਟੈਸਟ ਹੁੰਦਾ ਹੈ ਆਲ ਸੰਡੇ, ਤੇ ਪ੍ਰੀਵੀਅਸ ਇਅਰਸ ਕੁਐਸਚਨ ਪੇਪਰ ਉੱਤੇ ਵੀ ਟੈਸਟ ਹੁੰਦੇ ਰਹਿੰਦੇ। ਇਸ ਤੋਂ ਇਲਾਵਾ ਪ੍ਰੀਵੀਅਸ ਇਅਰਸ ਜਿਹੜਾ ਕੁਐਸਚਨ ਪੇਪਰ ਜਿਹੜੇ ਵਾਸਤੇ ਤੁਹਾਨੂੰ ਸ਼ਡਿਊਲ ਜਿਹੜਾ ਕਿ 2021 ਅਗਸਤ ਦੇ ਵਿੱਚ ਤੁਹਾਨੂੰ ਕੀ ਮਿਲੇਗਾ, ਦੇਖੋ 15 ਤੋਂ ਲੈ ਕੇ 21, 22, 28 ਤੇ 29 ਅਗਸਤ, ਇਹਨਾਂ ਦੇ ਵਿੱਚ ਤੁਹਾਨੂੰ ਕੀ ਹੈਗੇ ਨੇ ਵੱਖ ਵੱਖ ਜਿਹੜੇ ਸਟੱਡੀ ਮਟੀਰੀਅਲ ਹੋਣਗੇ ਵੀ ਡਿਫਰੈਂਟ ਸਬਜੈਕਟ ਤੇ, ਹਿੰਦੀ ਤੇ ਇੰਗਲਿਸ਼, ਇਸ ਤੋਂ ਇਲਾਵਾ ਪੰਜਾਬੀ ਦੇ ਸਾਰੇ ਤੁਹਾਨੂੰ ਇਹਦੇ ਵਿੱਚ ਮਿਲਣਗੇ। ਠੀਕ ਹੈ, ਸੋ ਰੈਫਰਲ ਕੋਡ ਤੁਹਾਨੂੰ ਸਿਰਫ ਯੂਜ਼ ਕਰਨਾ ਪਏਗਾ, ਤੇ ਪੰਜਾਬੀ ਦੇ ਵੀ ਤੁਸੀਂ ਕੋਰਸ ਦੇਖ ਸਕਦੇ ਹੋ, ਪੇਡ ਵਾਲੇ। ਫ੍ਰੀ ਦੇ ਵਿੱਚ ਵੀ ਤੁਸੀਂ ਕੋਰਸ ਯੂਜ਼ ਕਰਨਾ ਹੈ, ਬਟ ਫ੍ਰੀ ਦੇ ਵਿੱਚ ਤੁਹਾਨੂੰ ਕਲਾਸਿਸ ਉਸੇ ਤਰੀਕੇ ਦੇ ਨਾਲ ਮਿਲਣਗੀਆਂ। ਇਹ ਇੱਕ ਆ ਜਾਂਦਾ ਇਹਨਾਂ ਦਾ ਇੱਕ ਸਟਰਕਚਰ ਅਨਅਕੈਡਮੀ ਤੇ ਕਲਾਸਿਸ ਦਾ। ਸੋ ਅੱਜ ਅਸੀਂ ਟੋਪਿਕ ਕਰਨਾ, ਅਸੀਂ ਨੈਕਸਟ ਚੀਨੀ ਤਿੱਬਤੀ ਪਰਿਵਾਰ ਦੇ ਬਾਰੇ ਪੜਾਂਗੇ। ਇਹ ਜਿਹੜਾ ਪਰਿਵਾਰ ਸੀ ਪੂਰਬ ਏਸ਼ੀਆ ਦਾ ਸਭ ਤੋਂ ਵੱਡਾ ਪਰਿਵਾਰ ਹੈ। ਇਸ ਵਿੱਚ ਕੋਈ 300 ਬੋਲੀਆਂ ਹਨ, ਤੇ ਇਸ ਦੀਆਂ ਅੱਗੋਂ ਦੋ ਸ਼ਾਖਾਵਾਂ ਮੰਨੀਆਂ ਜਾਂਦੀਆਂ ਨੇ, ਜਿਨ੍ਹਾਂ ਵਿੱਚ ਚੀਨੀ ਸ਼ਾਖਾ ਤੇ ਤਿੱਬਤੀ ਬਰਮੀ ਸ਼ਾਖਾ। ਦੇਖੋ ਤੁਹਾਨੂੰ ਪਤਾ ਹੀ ਹੈ ਕਿ ਚੀਨ ਦਾ ਇਲਾਕਾ ਜਿਹੜਾ ਹੈਗਾ ਉਹ ਸਾਡੇ ਪੂਰਬ ਵੱਲ ਸਾਈਡ ਪੈਂਦਾ ਹੈ, ਉੱਪਰ ਵਾਲੀ ਸਾਈਡ। ਠੀਕ ਹੈ, ਸੋ ਇਸ ਦੇ ਵਿੱਚ ਕੀ ਹੈਗਾ ਵਾ ਚੀਨੀ ਸ਼ਾਖਾ ਤੇ ਨਾਲ ਨਾਲ ਤਿੱਬਤੀ ਬਰਮੀ ਸ਼ਾਖਾ, ਦੋ ਇਸ ਦੇ ਵਿੱਚ ਅੱਗੋਂ ਨਿਕਲਦੀਆਂ ਨੇ। ਚੀਨੀ ਭਾਸ਼ਾ ਦਾ ਕੇਂਦਰੀ ਰੂਪ ਕੀ ਆ ਜਾਂਦਾ ਹੈ, ਮੰਡਾਰੀ। ਸਭ ਤੋਂ ਫੇਮਸ ਜਿਹੜੀ ਭਾਸ਼ਾ ਮੰਨੀ ਜਾਂਦੀ ਹੈ ਇੱਥੇ ਮੰਡਾਰੀ ਭਾਸ਼ਾ, ਤੇ ਇਸ ਦੇ ਨਾਲ ਨਾਲ ਹੀ ਤਿੱਬਤੀ ਬਰਮੀ ਸ਼ਾਖਾ ਦੀਆਂ ਪ੍ਰਸਿੱਧ ਸ਼ਾਖਾਵਾਂ ਬਰਮਾ ਤੇ ਭਾਰਤ ਦੀ ਸੀਮਾ ਦੇ ਨਾਲ ਨਾਲ ਗਾਰੋ, ਬੋਧੋ ਤੇ ਨਾਗਾ ਆਦਿ ਹਨ। ਸੋ ਇਹ ਭਾਰਤ ਦੀ ਸੀਮਾ ਦੇ ਨਾਲ ਨਾਲ ਲੱਗਦੀਆਂ ਨੇ ਸ਼ਾਖਾਵਾਂ ਤੇ ਭਾਸ਼ਾਵਾਂ। ਹੁਣ ਅੱਗੇ ਦੇਖੋ ਤਿੱਬਤੋ ਚੀਨੀ ਪਰਿਵਾਰ ਜਿਹੜਾ ਹੈਗਾ ਸੁਰਾਤਮਕ ਹੈ। ਇਹਨਾਂ ਦੇ ਟਾਈਪ ਕੀ ਹੈਗੀ ਆ, ਆਈਸੋਲੇਟਿੰਗ ਹੈ, ਕਿਉਂਕਿ ਇਹਨਾਂ ਦੇ ਸ਼ਬਦ ਮੋਨੋਫੋਨੀਮਿਕ ਤੇ ਮੋਨੋਸਿਲੇਬਿਕ ਹਨ। ਵਿਅੰਜਨ ਗੁੱਛੇ ਗੈਰ ਹਾਜ਼ਰ ਹਨ। ਸ਼ਬਦ ਕ੍ਰਮ ਬੱਜਵਾਂ ਨਹੀਂ ਹੈ, ਖੁੱਲ੍ਹਾ ਤੇ ਸੁਤੰਤਰ ਹੈ। ਹੁਣ ਤੁਸੀਂ ਦੇਖੋ ਕਿ ਚੀਨੀਆਂ ਦੀ ਭਾਸ਼ਾਵਾਂ ਬੜੀਆਂ ਹੋਰ ਤਰੀਕੇ ਦੇ ਨਾਲ ਇਸ ਤਰ੍ਹਾਂ ਅੱਖਰ ਲਿਖੇ ਹੁੰਦੇ ਨੇ, ਰਾਈਟ। ਇੱਕ ਤਾਂ ਇਹਨਾਂ ਦੀ ਆ ਜਾਂਦੀ ਹੈ ਸੁਰਾਤਮਕ ਦੇ ਵਿੱਚ,
सेकंड आ जाती है इन्हां दे व्यंजन गुच्छे जिहड़े हुंदे ने ओह गैर हाजिर हुंदे ने। शब्द क्रम जिहड़ा है नाल नाल नहीं हुंदा। जिहड़े शब्द भी हुंदे ने ओह भी अलग अलग एक एक जिहड़ी हैगी है धुनी आउंदी है जिस तों एक शब्द बनता है। जिवें साडे एक कंबाइन आ जाता है जिवें खुला वर्ड नाल नाल जुड़िया होया है उन्हां दे विच इह चीज़ नहीं आती। उन्हां दे विच एक धुनी इत्थे तो दूसरी धुनी इत्थे होएगी। ठीक है, एक खुले ते सुतंत्र हुंदे ने। चीनी भाषा के शब्द दो वर्गों के वंडे जाते हैं। एक आ जाते हैं अर्थवान ते सेकंड आ जाते हैं अर्थहीन शब्द। अर्थहीन शब्द साढ़े अगेत्रा वाला ही काम करते हैं। यानी कि अर्थवान तो हो गए जिवें साढ़े इत्थे मूल शब्द आ जाते हैं जिवें पढ़ आ गया कर आ गया। ठीक है, सो इस तरीके दे नाल ए आ जाते हैं। या फिर कोई अगेत्र वाला इत्थे वर्ड ले लो ते उन्हां दे नाल एक अर्थवान ओ वर्ड हो जाते हैं। जो इन्हां दे नाल अगेत्र वर्ड जिहड़े जुड़ते हैं वो साढ़े इधर अर्थहीन वर्ड हो जाते हैं। मतलब उन्हां दे उत्थे अर्थहीन वर्ड हुंदे ने। ठीक है, सो चीनी लिपि भी वक्री प्रकार दी है। हर एक धुनी लई नहीं बल्कि हर शब्द लई वक्रा चिन्ह वरत्या जाता है। जिवें पिछे मैं दस्या सी ना अलग अलग ओपन ओपन उत्थे हुंदे ने, तो इस चीज दे वास्ते ये आइंदा इत्थे पूरा कि हर एक वास्ते एक अलग अलग ही चिन्ह वरत्या जाता है। चीनी भाषा विच प्राचीन काल का काफी साहित्य मिलता है। हुण तुसीं ये भी देखिया गया चीन की जिहड़ी सभ्यता हैगी है काफी ज्यादा प्रफुल्लित हैगी है, काफी ज्यादा साहित्य उस दे विच मिलता है। तिब्बती भाषा विच बुद्ध मत नाल संबंधित साहित्य भी उपलब्ध है। ता ही वह की करता है इधर तिब्बत वाले इलाके दे उत्ते अपना एक कह सकते हो कि एक अधिकार रखता है कि ये साढ़े एरिया दे विच आएगा। जिवें दलाई लामा फॉर एग्जाम्पल असी कह सकते हो कि उन्होंने इधर शरण दी हुई है, पर उन्हों का जोड़ा एरिया है वह की है वा चीन अपने इधर मानता है। उस तो अलावा नैक्सट आएगी साढ़े को द्राविड़ी परिवार। इस दे विच 23 बोलियां प्राप्त हैं। दक्षणी भारत दे विच ये प्रचलित दखण का जोड़ा इलाका आ जाता है वो उस साइड जड़िया भाषावें हैं वह द्राविड़ी परिवार के आ जाए। इस परिवार के बुलारे की गिनती की आ जाती है 20 करोड़। जिमें तेलुगु आंध्र प्रदेश तमिल तमिलनाडु कन्नड़ कर्नाटक मलयालम केरल इस परिवार दड़िया प्रसिद्ध शाखावान भाषावान आ जाए ने। सब तो पुरानी इस तमिल भाषा है। बाकिया भाषावान जड़िया इसे ही विकसित हुई सी। तमिल उच्च पद्धर का साहित्य उपलब्ध है। आधुनिक युग दिया सारिया भाषावान के अंतर्गत काफ़ी साहित्य रचना हुई है ते सारिया भाषावां विच संस्कृत शब्दावली जिहड़ी है वह आम ही वरती जाती है। सो द्राविड़ी दे विच साढ़े को 23 यानी कि 23 बोलियां प्राप्त हैगियां ने ते दक्षण भारत दे विच ज़्यादा प्रचलित है। गिनती इन्हां दे बुलारियां दी 20 करोड़ हैगी है। इस तो अलावा तेलुगु तमिल कन्नड़ मलयालम ये जड़ियां हैगियां ने भाषावां उन्हां दियां आ जांदियां ने। तमिल सब तो पुरानी आ जाती है ते इस दे विच ही उन्हां दा ज़्यादातर साहित्य जिहड़ा हैगा सानू उचित मिलता है ते इन्हां दे विच संस्कृत शब्दावली आम वरती जाती है। हुण देखो इन्हां दियां विशेषतावां है। इन्हां दे विच उल्ट जीबी धुनियां जिवें टैंका डड्डा अडाड़ा लल्ला आदि आरिया भाषावां नालों वधेरे वरतियां जांदियां। हुण देखो उन्हां दी लैंग्वेज समझ नहीं लगती की बोलते हैं। वर्ड जिहड़े गए ने ज़्यादातर इहो सुनन नूं मिलदे ने। सो ये जिहड़े गए ने ज़्यादा आरिया भाषावां नालों ये वर्ड ज़्यादा उत्थे वरते गए सी। लल्ले दे 3 रूप उत्थे मिलदे ने। ऐ वाले लल्ला, एक उधर बिंदी वाला, एक पैर बिंदी वाला। द्राविड़ दे विच हस्व स्वर शब्दां दे अंत विच आम उचारे जांदे ने। नादी धुनियां आ जांदियां ने शब्दां दे आरंभ दे विच नहीं आउंदियां। तमिल जिहड़ी भाषा है काफ़ी हद तक संयोगात्मक आ जांदियां ने। किरिया रूप जिहड़ियां आ जांदियां उह संयुक्त रूप दे विच आउंदियां ने ते इस दे विच सहायक क्रिया नहीं मिलदी। जिवें लास्ट विच जिहड़ियां क्रियावां आउंदियां ने उह एक वर्ड पिछला जिहड़ा हुंदा उहदे नाल कंबाइन दे विच आंदियां ने। जिवें साढ़े इत्थे है सी उधर ए वाली है जिहड़ी है क्रियावां नहीं मिलदियां क्योंकि वह पहले वर्ड दे नाल ही संयुक्त रूप दे विच यानी कि क्रिया रूप दे विच आ जांदियां ने। पिछड़ेतात्मक भाषा हैगी है। संबंधकां दी थां की आ जांदे ने इत्थे पिछेत्र वरते जांदे ने।
ਕੁਝ ਸਥਿਤੀਆਂ ਦੇ ਵਿੱਚ ਕਿਰਿਆ ਲਿੰਗ ਜਿਹੜੀ ਅਨੁਸਾਰ ਬਦਲਦੀ ਹੈ। ਠੀਕ ਹੈ, ਇੱਥੇ ਜਿਹੜੀ ਕਿਰਿਆ ਹੈਗੀ ਆ ਉਹਨਾਂ ਦੇ ਥੋੜੇ ਜਿਹੇ ਅਲੱਗ ਰੂਲ ਆ ਜਾਂਦੇ ਨੇ, ਸੋ ਉਹਨਾਂ ਦੇ ਅਲੱਗ ਰੂਲ ਹੈਗੇ ਨੇ। ਉਸ ਤੋਂ ਬਾਅਦ ਆਉਂਦੇ ਨੇ ਯੂਰਾਲ ਅਲਤਾਈ ਪਰਿਵਾਰ। ਇਸ ਪਰਿਵਾਰ ਦੀ ਮੁੱਖ ਭਾਸ਼ਾ ਜਿਹੜੀ ਆ ਜਾਂਦੀ ਹੈ ਸਾਡੇ ਕੋਲ ਕਿਹੜੀ ਹੈਗੀ ਹੈ, ਤੁਰਕੀ ਆ ਜਾਂਦੀ ਹੈ, ਜਿਵੇਂ ਮੰਗੋਲੀ, ਕਸ਼ਾਕੀ ਤੇ ਆਇਜ਼ਰਬਾਈਜ਼ਾਨੀ ਅਤੇ ਉਜ਼ਬੇਕੀ ਆਦਿ ਭਾਸ਼ਾਵਾਂ ਇਸੇ ਪਰਿਵਾਰ ਦੇ ਵਿੱਚ ਆਉਂਦੀਆਂ ਨੇ। ਕੋਹ ਕਾਫ ਦੇ ਖੇਤਰ ਭਾਸ਼ਾਵਾਂ ਦੀਆਂ ਭਾਸ਼ਾਵਾਂ ਵੀ ਇਸ ਪਰਿਵਾਰ ਦੀਆਂ ਵੱਖਰੀ ਸ਼ਾਖਾ ਨੇ। ਹੁਣ ਇਹ ਤੁਸੀਂ ਲਰਨ ਕਰਨਾ ਹੈ ਕਿਹੜੀ ਕਿਹੜੀ ਭਾਸ਼ਾ ਹੈ, ਪਰਿਵਾਰ ਕਿਹੜਾ ਹੈ, ਵਿਸ਼ੇਸ਼ਤਾਵਾਂ ਕਿਹੜੀਆਂ ਨੇ, ਸ਼ਾਖਾਵਾਂ ਕਿਹੜੀਆਂ ਨੇ। ਇਹ ਭਾਸ਼ਾਵਾਂ ਬਹੁਤ ਵਿਸ਼ਾਲ ਖੇਤਰ ਦੇ ਵਿੱਚ ਫੈਲੀਆਂ ਹੋਈਆਂ ਨੇ। ਹੁਣ ਇਹ ਖੇਤਰ ਦੇ ਆਧਾਰ ਤੇ ਅਗਰ ਦੇਖਿਆ ਜਾਏ ਤਾਂ ਭਾਰਤੀ ਯੂਰਪੀ ਪਰਿਵਾਰ ਪਿੱਛੋਂ ਇਸੇ ਦਾ ਨਾਮ ਹੀ ਜ਼ਿਆਦਾ ਕੀ ਗਵਾ ਆਉਂਦਾ ਹੈ। ਇਹਨਾਂ ਭਾਸ਼ਾਵਾਂ ਦੀ ਮੁੱਖ ਵਿਸ਼ੇਸ਼ਤਾ ਵੀ ਕੀ ਆ ਜਾਂਦੀ ਹੈ, ਸੰਯੋਗਾਤਮਕਤਾ ਆ ਜਾਂਦੀ ਹੈ। ਮੂਲ ਸ਼ਬਦ ਦੇ ਨਾਲ ਨਾਲ ਕਈ ਕਈ ਪਿਛੇਤਰ ਬੜੇ ਨਿਯਮਬੰਧ ਢੰਗ ਦੇ ਨਾਲ ਆਉਂਦੇ ਨੇ। ਮੂਲ ਸ਼ਬਦ ਜਿਵੇਂ ਆ ਜਾਂਦਾ ਪੜ, ਠੀਕ ਹੈ, ਇੱਕ ਮੇਨ ਵਰਡ ਹੋ ਗਿਆ ਜਿਹੜਾ ਮੂਲ ਸ਼ਬਦ ਆ ਜਾਂਦਾ ਹੈ। ਹੁਣ ਇਹਨਾਂ ਦੇ ਨਾਲ ਪਿਛੇਤਰ ਜਿਹੜੇ ਨੇ ਬੜੇ ਹੀ ਨਿਯਮਬੰਧ ਰੂਪ ਦੇ ਵਿੱਚ ਵਰਤੇ ਜਾਂਦੇ ਨੇ। ਭਾਸ਼ਾਵਾਂ ਮੂਲ ਰੂਪ ਵਿੱਚ ਪਿਛੇਤਰ ਰਾਤਮਕ ਹਨ, ਯਾਨੀ ਕਿ ਜ਼ਿਆਦਾ ਇਸ ਦੇ ਵਿੱਚ ਪਿਛੇਤਰਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਸਵਰ ਅਨੁਰੂਪਤਾ ਇਸ ਪਰਿਵਾਰ ਦੀ ਇੱਕ ਹੋਰ ਉੱਘੀ ਵਿਸ਼ੇਸ਼ਤਾ ਹੈ, ਕਿਉਂਕਿ ਇੱਕ ਸਵਰ ਦੀ ਨਿਕਟਤਾ ਦੇ ਕਾਰਨ ਨਾਲ ਹੀ ਸਵਰ ਦਾ ਕੀ ਹੁੰਦਾ ਵਾ, ਰੂਪ ਬਦਲ ਜਾਂਦਾ ਹੈ। ਉਸ ਤੋਂ ਬਾਅਦ ਨੈਕਸਟ ਆਇੰਦਾ ਹੈਗਾ ਵਾ ਸਾਡੇ ਕੋਲ ਹਾਮੀ ਪਰਿਵਾਰ ਆ ਜਾਂਦਾ ਹੈ। ਸੋ ਇਹ ਵੀ ਪਤਾ ਲੱਗ ਗਿਆ ਹੋਏਗਾ ਕਿ ਯੂਰਾਲ ਅਲਤਾਈ ਪਰਿਵਾਰ ਕੀ ਹੈਗਾ ਵਾ। ਸੋ ਇਹ ਕਿਹੜਾ ਹੈਗਾ ਵਾ, ਇਸ ਦੀ ਭਾਸ਼ਾ ਮੇਨ ਆ ਇਹਦੀ ਤੁਰਕੀ, ਮੰਗੋਲੀ, ਕਸ਼ਾਕੀ ਤੇ ਆਇਜ਼ਰ ਬਾਇਨਜ਼ੀ ਜਿਹੜੀ ਹੈਗੀ ਆ ਉਜ਼ਬੇਕੀ ਏਰੀਆ ਅੱਗੋਂ ਪਰਿਵਾਰ ਦੇ ਵਿੱਚ ਆਉਂਦੀਆਂ ਨੇ। ਕੋਹ ਕਾਫ ਦੇ ਖੇਤਰ ਵਿੱਚ ਇਹ ਭਾਸ਼ਾਵਾਂ ਦੀ ਇੱਕ ਵੱਖਰੀ ਸ਼ਾਖ ਮੰਨੀ ਜਾਂਦੀ ਹੈ ਤੇ ਹੁਣ ਇਹਨਾਂ ਦੇ ਵਿੱਚ ਸੰਯੋਗਾਤਮਕਤਾ ਆਉਂਦੀ ਹੈ, ਭਾਸ਼ਾ ਦੀ ਪਿਛੇਤਰ ਬਹੁਤ ਜ਼ਿਆਦਾ ਵਰਤੇ ਜਾਂਦੇ ਨੇ, ਉਹ ਵੀ ਨਿਯਮਬੰਧ ਰੂਪ ਦੇ ਵਿੱਚ। ਸਵਰ ਅਨੁਰੂਪਤਾ ਇਹਨਾਂ ਦੀ ਇੱਕ ਔਰ ਉੱਘੀ ਵਿਸ਼ੇਸ਼ਤਾ ਆ ਜਾਂਦੀ ਹੈ। ਉਸ ਤੋਂ ਬਾਅਦ ਆ ਜਾਂਦਾ ਸਾਡੇ ਕੋਲ ਹਾਮੀ ਪਰਿਵਾਰ ਕਿਹੜਾ ਆ ਜਾਂਦਾ ਹੈ। ਇਹਨਾਂ ਦੀ ਮੁੱਖ ਭਾਸ਼ਾ ਹੁੰਦੀ ਹੈ ਮਿਸਰ ਦੀ ਪੁਰਾਣੀ ਬੋਲੀ ਕਾਪਟੀ। ਪਰਿਵਾਰ ਦਾ ਜਿਹੜਾ ਇਤਿਹਾਸ ਬਹੁਤ ਜ਼ਿਆਦਾ ਪੁਰਾਣਾ ਹੈ। 5-6 ਹਜ਼ਾਰ ਵਰੇ ਪਹਿਲਾਂ ਮਿਸਰ ਦੀ ਪ੍ਰਾਚੀਨ ਭਾਸ਼ਾ ਇੱਕ ਪ੍ਰਸਿੱਧ ਤੇ ਉੱਨਤ ਸਮਾਜ ਦੀ ਬੋਲੀ ਸੀ। ਪਰਿਵਾਰ ਦੀਆਂ ਭਾਸ਼ਾਵਾਂ ਮਿਸਰ ਦੇ ਉੱਤਰੀ ਭਾਗ ਦੇ ਵਿੱਚ ਕੀ ਹੋਈਆਂ ਨੇ, ਖਿਲਰੀਆਂ ਹੋਈਆਂ ਹਨ। ਕਾਪਟੀ ਤੋਂ ਇਲਾਵਾ ਸੋਮਾਲੀ, ਲਿਬੀ, ਕੁਸ਼ੀ, ਗੱਲ, ਯੋਨਾਗਾ ਆਦਿ ਵੀ ਇਸ ਵਰਗ ਦੀਆਂ ਹੋਰ ਭਾਸ਼ਾਵਾਂ ਮੰਨੀਆਂ ਜਾਂਦੀਆਂ ਨੇ। ਇਹਨਾਂ ਉੱਤੇ ਅਰਬੀ ਭਾਸ਼ਾ ਦਾ ਵੀ ਕਾਫੀ ਜ਼ਿਆਦਾ ਪ੍ਰਭਾਵ ਆ ਜਾਂਦਾ ਹੈ। ਹੁਣ ਦੇਖੋ ਇਹਨਾਂ ਦੇ ਵਿੱਚ ਕੀ ਕੀ ਸਾਨੂੰ ਮਿਲਦਾ ਹੈ। ਇਹਨਾਂ ਦੇ ਵਿੱਚ ਅਗੇਤਰ ਪਿਛੇਤਰ ਦੋਵੇਂ ਵਰਤੇ ਜਾਂਦੇ ਨੇ, ਯਾਨੀ ਕਿ ਪਿੱਛੇ ਅਸੀਂ ਪੜ੍ਹਿਆ ਸੀ ਪਿਛੇਤਰ ਜ਼ਿਆਦਾ ਆਉਂਦੇ, ਅਗੇਤਰ ਦੀ ਘੱਟ ਗੱਲ ਕੀਤੀ ਗਈ ਸੀ। ਦੋਹਰ ਯਾਨੀ ਕਿ ਇੱਕੋ ਸ਼ਬਦ ਨੂੰ ਦੁਹਰਾ ਕੇ ਬੋਲਣਾ, ਇਸ ਦੀ ਵਿਧੀ ਇੱਥੇ ਜ਼ਿਆਦਾ ਵਰਤੀ ਜਾਂਦੀ ਹੈ। ਲਿੰਗ ਭੇਦ ਸਿਰਫ ਨਰ ਮਾਦਾ ਲਈ ਹੀ ਨਹੀਂ, ਨਿਰਜੀਵ ਵਸਤੂਆਂ ਦੇ ਵਾਸਤੇ ਜਿਵੇਂ ਕੁਰਸੀ, ਮੇਜ਼, ਇਹਨਾਂ ਵਾਸਤੇ ਵੀ ਵਰਤਿਆ ਜਾਂਦਾ ਕਿ ਇਹ ਲਿੰਗ ਹੈ, ਇਹ ਜਿਹੜਾ ਮੇਲ ਹੈ ਜਾਂ ਫੀਮੇਲ ਦੇ ਵਿੱਚ ਆ ਜਾਂਦਾ ਹੈ। ਕੁਝ ਭਾਸ਼ਾਵਾਂ ਦੇ ਵਿੱਚ ਇੱਕ ਵਚਨ ਤੇ ਬਹੁ ਵਚਨ ਦੇ ਨਾਲ ਦੋ ਵਚਨ ਵੀ ਮਿਲਦਾ ਹੈ। ਇਸ ਤੋਂ ਇਲਾਵਾ ਕੁਝ ਇੱਕ ਭਾਸ਼ਾਵਾਂ ਵਿੱਚ ਲਿੰਗ ਸੰਬੰਧੀ ਇੱਕ ਵਿਸ਼ੇਸ਼ ਰੁਚੀ ਇਹ ਹੈ ਕਿ ਜੇ ਇੱਕ ਵਚਨ ਇਸਤਰੀ ਲਿੰਗ ਹੋਵੇ ਤਾਂ ਬਹੁ ਵਚਨ ਜਦੋਂ ਹੁੰਦਾ ਹੈ ਉਹ ਪੁਲਿੰਗ ਦੇ ਵਿੱਚ ਤਬਦੀਲ ਹੋ ਜਾਂਦਾ ਹੈ, ਜਾਂ ਇਸ ਦੇ ਉਲਟ ਪੁਲਿੰਗ ਜੇਕਰ ਇੱਕ ਵਚਨ ਹੁੰਦਾ ਹੈ ਤਾਂ ਬਹੁ ਵਚਨ ਇਸਤਰੀ ਲਿੰਗ ਬਣ ਜਾਂਦਾ। ਮਤਲਬ ਜੇ ਇੱਕ ਹੈਗਾ ਹੈ, ਚਾਹੇ ਉਹ ਪੁਲਿੰਗ ਹੈ ਜਾਂ ਇਸਤਰੀ ਲਿੰਗ ਹੈਗਾ, ਉੱਧਰ ਬਹੁ ਵਚਨ ਜਦੋਂ ਹੋਏਗਾ ਉਸਦਾ ਜੈਂਡਰ ਵੀ ਚੇਂਜ ਹੋ ਜਾਏਗਾ। ਉਸ ਤੋਂ ਬਾਅਦ ਨੈਕਸਟ ਆ ਜਾਂਦਾ ਸਾਡੇ ਕੋਲ ਕਦਾਈ ਪਰਿਵਾਰ ਕੀ ਹੁੰਦਾ ਹੈ। ਇਸ ਪਰਿਵਾਰ ਦੇ ਵਿੱਚ ਥਾਈ ਯਾਨੀ ਕਿ ਥਾਈਲੈਂਡ ਦੀ ਬੋਲੀ, ਸਿਆਮੀ, ਲਾਓਸੀ ਯਾਨੀ ਕਿ ਲਾਓਸ ਦੀ ਬੋਲੀ, ਬਰਮਾ ਦੀ ਸ਼ਾਨ ਭਾਸ਼ਾ ਵੀ ਇਸ ਦੇ ਵਿੱਚ ਸ਼ਾਮਿਲ ਹੈ। ਸੋ ਇਹਨਾਂ ਭਾਸ਼ਾਵਾਂ ਉੱਤੇ ਤਿੱਬਤੀ, ਚੀਨੀ ਵਰਗ ਦੀਆਂ ਭਾਸ਼ਾਵਾਂ ਵੀ ਇਹਨਾਂ ਦਾ ਕਾਫੀ ਜ਼ਿਆਦਾ ਮਹੱਤਵ ਹੈ। ਇਸ ਲਈ ਕਾਫੀ ਦੇਰ ਤੱਕ ਇਹਨਾਂ ਭਾਸ਼ਾਵਾਂ ਨੂੰ ਤਿੱਬਤੀ ਚੀਨ ਵਰਗ ਦੇ ਵਿੱਚ ਹੀ ਗਿਣਿਆ ਜਾਂਦਾ ਰਿਹਾ ਹੈ। ਸੋ ਕਦਾਈ ਪਰਿਵਾਰ ਦੀ ਅਗਰ ਗੱਲ ਕੀਤੀ ਜਾਏ, ਕਹਿੰਦੇ ਕਿ ਜ਼ਿਆਦਾਤਰ ਥਾਈਲੈਂਡ, ਸਿਆਮੀ, ਲਾਓਸੀ, ਬਰਮਾ ਦੀ ਸ਼ਾਨ ਇਹ ਭਾਸ਼ਾ ਆ ਜਾਂਦੀ ਹੈ। ਇਹਨਾਂ ਉੱਤੇ ਤਿੱਬਤੀ ਪਰਿਵਾਰ ਦੀ ਭਾਸ਼ਾ ਦਾ ਕਾਫੀ ਜ਼ਿਆਦਾ ਮਹੱਤਵ ਮੰਨਿਆ ਜਾਂਦਾ ਹੈ ਤੇ ਕਈ ਚਿਰ ਤੱਕ ਇਹਨਾਂ ਨੂੰ ਉਸ ਵਰਗ ਦੇ ਵਿੱਚ ਹੀ ਰੱਖਿਆ ਗਿਆ ਸੀ। ਉਸ ਤੋਂ ਬਾਅਦ ਆ ਜਾਂਦਾ ਸਾਡੇ ਕੋਲ ਆਸਟਰੀ ਏਸ਼ੀਆਈ ਪਰਿਵਾਰ ਕੀ ਹੁੰਦਾ ਹੈ।
ਮੱਧ ਭਾਰਤ ਤੇ ਪੂਰਬੀ ਮੱਧ ਭਾਰਤ ਹੁਣ ਵਿਚਕਾਰਲਾ ਤੇ ਜਦੋਂ ਉੱਪਰ ਵਾਲਾ ਥੋੜਾ ਆਇਆ ਹੈਗਾ ਵਾ ਮੱਧ ਭਾਰਤ ਦੇ ਕੁਝ ਖੇਤਰਾਂ ਵਿੱਚ ਵਸਦੇ ਆਦਿਵਾਸੀਆਂ ਦੀਆਂ ਭਾਸ਼ਾਵਾਂ ਜਿਹੜੀਆਂ ਆਉਂਦੀਆਂ ਸਾਡੇ ਕੋਲ ਮੁੰਡਾ ਭਾਸ਼ਾਵਾਂ ਸੋ ਇਹ ਦੇਖ ਲਓ ਕਿਹੜੇ ਪਰਿਵਾਰ ਦੇ ਵਿੱਚ ਸੀ ਕਿਉਂਕਿ ਇਹ ਬਹੁਤ ਵਾਰ ਪੁੱਛੀ ਵੀ ਗਈ ਹੈ। ਭਾਰਤ ਦੀ ਪੂਰਬੀ ਸੀਮਾ ਦੇ ਪਹਾੜੀ ਇਲਾਕਿਆਂ ਦੇ ਵਿੱਚ ਬੋਲੀਂਦੀਆਂ ਮੋਨ ਖਮੇਰ ਖਾਸੀ ਭਾਸ਼ਾਵਾਂ ਨਿਕੋਬਾਰ ਦੀਪ ਦੀ ਭਾਸ਼ਾ ਵੀ ਇਸ ਪਰਿਵਾਰ ਦੇ ਵਿੱਚ ਹੀ ਆਉਂਦੀਆਂ ਨੇ। ਇਹਨਾਂ ਵਿੱਚੋਂ ਮੁੰਡਾ ਭਾਸ਼ਾ ਬੋਲਣ ਵਾਲਿਆਂ ਦੀ ਗਿਣਤੀ ਸਭ ਤੋਂ ਕੀ ਆ ਜਾਂਦੀ ਗਿਆ ਵੱਧ ਆ ਜਾਂਦੀ ਹਨ। ਸੋ ਇਹਨਾਂ ਦੀ ਅੱਗੋਂ ਤਿੰਨ ਉਪ ਭਾਸ਼ਾਵਾਂ ਆ ਜਾਂਦੀਆਂ ਹਨ ਜਿਨ੍ਹਾਂ ਦੇ ਵਿੱਚ ਸਾਡੇ ਕੋਲ ਮੁੰਡਾਰੀ ਉਸ ਤੋਂ ਇਲਾਵਾ ਸੰਥਾਲੀ ਤੇ ਹੋ, ਜਿਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਜਿਹੜੀ ਪ੍ਰਸਿੱਧ ਕਿਹੜੀ ਸੀ ਸੰਥਾਲੀ। ਇਹ ਆਸਟਰੀ ਏਸ਼ੀਆਈ ਪਰਿਵਾਰ ਦੇ ਵਿੱਚੋਂ ਹੈਗੀਆਂ ਨੇ ਭਾਸ਼ਾਵਾਂ। ਮੁੰਡਾ ਭਾਸ਼ਾਵਾਂ ਦਾ ਗੜ ਜਿਹੜਾ ਹੈਗਾ ਸੀ ਛੋਟਾ ਨਾਗਪੁਰ ਹੈ। ਹੁਣ ਇਸ ਦੇ ਵਿੱਚ ਦੇਖੋ ਕੀ ਦੱਸਿਆ ਗਿਆ ਇਸ ਬਾਰੇ। ਕਹਿੰਦੇ ਮੁੰਡਾ ਭਾਸ਼ਾ ਦੇ ਬਹੁਤ ਸਾਰੇ ਸ਼ਬਦ ਪੰਜਾਬੀ ਦੇ ਵਿੱਚ ਕੀ ਆ ਜਾਂਦੇ ਨੇ ਪ੍ਰਚਲਿਤ ਹਨ, ਜਿਵੇਂ ਟੈਂਕਾ ਠੱਠਾ ਡੱਡਾ ਢੱਡਾ ਤੇ ੜਾੜਾ। ਇਹ ਦੁਨੀਆ ਵਾਲੇ ਬਹੁਤੇ ਸ਼ਬਦ ਜਿਹੜੇ ਨੇ ਉਹ ਮੁੰਡਾ ਭਾਸ਼ਾ ਦੇ ਵਿੱਚੋਂ ਹੀ ਆਏ ਨੇ। ਸੋ ਇਸ ਤਰ੍ਹਾਂ ਦਾ ਕੁਸ਼ਚਨ ਆ ਸਕਦਾ ਹੈ ਕਿ ਮੁੰਡਾ ਭਾਸ਼ਾ ਦੇ ਬਹੁਤ ਕਿਹੜੇ ਜਿਹੜੇ ਸ਼ਬਦ ਹੈਗੇ ਨੇ ਪੰਜਾਬੀ ਦੇ ਵਿੱਚ ਆਏ ਨੇ ਜਾਂ ਫਿਰ ਕਿੰਨੇ ਸ਼ਬਦ ਆਏ ਨੇ। ਸੋ ਉਹ ਤੁਸੀਂ ਯਾਦ ਰੱਖਣੇ ਨੇ ਕਿਹੜੇ ਕਿਹੜੇ ਹੈਗੇ ਨੇ। ਹੁਣ ਦੇਖੋ ਡੋਲ ਡਾਕੂ ਢੱਗਾ ਢਾਂਗਾ ਢੀਂਗ ਢਿੰਗਰ ਚਾਪੜ ਛੱਪੜ ਅਨੇਕਾਂ ਹੀ ਸ਼ਬਦ ਜਿਹੜੇ ਸੀ ਉਹ ਮੁੰਡਾ ਮੂਲ ਦੇ ਗਏ ਨੇ ਉਹਨਾਂ ਦੇ ਵਿੱਚੋਂ ਨਿਕਲ ਕੇ ਆਏ ਨੇ। ਮੁੰਡਾ ਤੇ ਕੁੜੀ ਵਰਗੇ ਪੰਜਾਬੀ ਦੇ ਵੀ ਸ਼ਬਦ ਇਹਨਾਂ ਦੇ ਵਿੱਚੋਂ ਹੀ ਆਏ ਨੇ। ਭਾਸ਼ਾ ਜਿਹੜੀ ਹੈਗੀ ਹੈ ਸੰਯੋਗਾਤਮਕ ਹੈਗੀ ਹੈ, ਸੰਬੰਧਕਾਂ ਦੀ ਥਾਂ ਪਿਛੇਤਰ ਤੇ ਵਿਚੇਤਰ ਵਰਤੇ ਜਾਂਦੇ ਨੇ। ਕਿਰਿਆ ਰੂਪ ਇਸ ਦੇ ਵਿੱਚ ਗੁੰਝਲਦਾਰ ਆ ਜਾਂਦੇ ਨੇ, ਯਾਨੀ ਕਿ ਜ਼ਿਆਦਾਤਰ ਜਿਹੜੇ ਸੰਬੰਧਕ ਸੀ ਜਿਵੇਂ ਪਿੱਛੇ ਵੀ ਅਸੀਂ ਪੜ੍ਹਿਆ ਸੀ ਉਹਨਾਂ ਦੇ ਵਿੱਚ ਪਿਛੇਤਰਾਂ ਦੀ ਵਰਤੋਂ ਤੇ ਵਿਚੇਤਰ ਜਿਹੜੇ ਸੀ ਉਹ ਜ਼ਿਆਦਾ ਯੂਜ਼ ਕੀਤੇ ਜਾਂਦੇ ਸੀ। ਕਿਰਿਆ ਰੂਪ ਇਸ ਦੇ ਵਿੱਚ ਜ਼ਿਆਦਾਤਰ ਗੁੰਝਲਦਾਰ ਰੂਪ ਦੇ ਵਿੱਚ ਆ ਜਾਂਦੀ ਸੀ। ਲਿੰਗ ਭੇਦ ਵਧੇਰੇ ਕਰਕੇ ਨਰ ਮਾਦਾ ਦੇ ਅਰਥਾਂ ਵਾਲੇ ਸ਼ਬਦਾਂ ਨਾਲ ਸਪਸ਼ਟ ਕੀਤਾ ਜਾਂਦਾ ਸੀ, ਜਿਵੇਂ ਕਿ ਆਂਡੀਆ ਕੂਲ ਦਾ ਅਰਥ ਹੈਗਾ ਵਾ ਸ਼ੇਰ ਤੇ ਏਂਗਾ ਕੂਲ ਦਾ ਅਰਥ ਹੈਗਾ ਵਾ ਸ਼ੇਰਨੀ। ਮੀਨਸ ਜਦੋਂ ਨਰ ਮਾਦਾ ਦੇ ਬਾਰੇ ਗੱਲ ਕੀਤੀ ਜਾਂਦੀ ਸੀ ਇਸ ਤਰ੍ਹਾਂ ਦੇ ਅਰਥਾਂ ਵਾਲੇ ਸ਼ਬਦਾਂ ਦੇ ਨਾਲ ਇਸ ਨੂੰ ਸਪਸ਼ਟ ਕੀਤਾ ਜਾਂਦਾ ਸੀ, ਜਿਵੇਂ ਕਿ ਇਸ ਤੋਂ ਅਸੀਂ ਪਤਾ ਲੱਗਦਾ ਹੈਗਾ ਵਾ ਕਿ ਇਹ ਇੱਕ ਮੇਲ ਦੇ ਬਾਰੇ ਗੱਲ ਕੀਤੀ ਗਈ ਆ। ਸੋ ਉਹ ਹੋ ਗਿਆ ਸ਼ੇਰ। ਰਿੰਗਾ ਕੂਲ ਯਾਨੀ ਕਿ ਸ਼ੇਰਨੀ ਦੇ ਵਾਸਤੇ ਉਹਨਾਂ ਨੇ ਯੂਜ਼ ਕੀਤਾ ਹੈ ਵਰਡ ਤੇ ਇਹਦੇ ਵਾਸਤੇ ਇਹ ਵਾਲਾ ਵਰਡ ਜਿੱਥੋਂ ਅਸੀਂ ਫੀਮੇਲ ਦੇ ਬਾਰੇ ਪਤਾ ਲੱਗਦਾ ਹੈ। ਇੰਜ ਆਂਡੀਆ ਜਿਹੜਾ ਸੀ ਨਰ ਲਈ ਤੇ ਇੰਗਾ ਸ਼ਬਦ ਮਾਦਾ ਲਈ ਵਰਤਿਆ ਜਾਂਦਾ ਸੀ ਕਿ ਜੇਕਰ ਉਹਨਾਂ ਨੇ ਗੱਲ ਕਰਨੀ ਸੀ ਇਸ ਸ਼ੇਰ ਵਗੈਰਾ ਬਾਰੇ ਤੇ ਉਸ ਹੋਰ ਚੀਜ਼ ਬਾਰੇ ਵੀ। ਆਂਡੀਆ ਜਿਹੜਾ ਹੈਗਾ ਸੀ ਨਰ ਵਾਸਤੇ ਤੇ ਇੰਗਾ ਜਿਹੜਾ ਮਾਦਾ ਵਾਸਤੇ ਯੂਜ਼ ਕੀਤਾ ਜਾਂਦਾ ਸੀ। ਇਹਨਾਂ ਭਾਸ਼ਾਵਾਂ ਵਿੱਚ ਤਿੰਨ ਵਚਨ ਹੈਗੇ ਸੀ, ਇੱਕ ਦੋ ਵਚਨ ਤੇ ਬਹੁ ਵਚਨ। ਇੱਕ ਹੀ ਸ਼ਬਦ ਕਿਸੇ ਵਾਕ ਵਿੱਚ ਨਾਵ ਦੀ ਥਾਂ ਵਰਤਿਆ ਜਾਵੇ ਤਾਂ ਉਹ ਨਾਵ ਹੋ ਜਾਂਦਾ ਹੈ, ਜੇ ਕਿਰਿਆ ਦੀ ਥਾਂ ਤੇ ਵਰਤਿਆ ਜਾਵੇ ਤਾਂ ਉਹ ਕਿਰਿਆ ਹੋ ਜਾਂਦਾ ਹੈ। ਸੋ ਇਹ ਨਹੀਂ ਦੱਸਿਆ ਹੈਗਾ ਕਿ ਕਿਰਿਆ ਅਲੱਗ ਹੋਏਗੀ ਤੇ ਨਾਵ ਅਲੱਗ ਹੈਗਾ ਵਾ, ਕਿ ਜੇਕਰ ਉਹ ਨਾਵ ਦੀ ਜਗ੍ਹਾ ਆ ਗਿਆ ਤਾਂ ਨਾਵ ਦਾ ਹੋ ਗਿਆ, ਜੇਕਰ ਕਿਰਿਆ ਦੀ ਜਗ੍ਹਾ ਆ ਗਿਆ ਤਾਂ ਕਿਰਿਆ ਦਾ ਹੋ ਗਿਆ। ਸੋ ਇਸ ਦੇ ਵਿੱਚ ਇਹਨਾਂ ਦੀ ਭਾਸ਼ਾਵਾਂ ਦੀ ਗਿਣਤੀ ਮੁੰਡਾ ਦੀ 20 ਤੱਕ ਹੈਗੀ ਆ। ਇਹਨਾਂ ਦੀ ਉੱਗੀ ਵਿਸ਼ੇਸ਼ਤਾ ਇਹ ਹੈ ਕਿ ਦੋਹਰ ਦੀ ਰੁਚੀ ਹੈ, ਜਿਵੇਂ ਕਿ ਦੋ ਦੋ ਵਰਡ ਹੌਲੀ ਹੌਲੀ ਹੁਣ ਹੁਣੇ ਕਦੀ ਕਦੀ ਆਦਿਕ। ਇਹ ਰੁਚੀ ਪੰਜਾਬੀ ਭਾਸ਼ਾ ਦੇ ਵੀ ਸੁਭਾਅ ਨਾਲ ਮਿਲਦੀ ਜੁਲਦੀ ਹੈ ਕਿਉਂਕਿ ਕਈ ਵਰਡ ਸਾਡੇ ਇੱਥੇ ਵੀ ਦੋਹਰੇ ਰੂਪ ਦੇ ਵਿੱਚ ਬੋਲੇ ਜਾਂਦੇ ਨੇ, ਜਿੱਥੇ ਇਹ ਵੀ ਮੰਨਣ ਯੋਗ ਹੈ ਕਿ ਉਲਟ ਜੀਬੀ ਧੁਨੀਆਂ ਮਹਾਪ੍ਰਾਣ ਧੁਨੀਆਂ ਤੇ ਦੋਹਰ ਦੀ ਵਿਧੀ ਇਹ ਜਿਹੜੀ ਹੈਗੀਆਂ ਨੇ ਸਾਰੀਆਂ ਮੁੰਡਾ ਭਾਸ਼ਾ ਤੋਂ ਲਏ ਗਏ ਨੇ। ਇਹ ਜਸਟ ਇੱਕ ਫੈਕਟ ਦੱਸੇ ਹੋਏ ਨੇ, ਇਹ ਫੈਕਟ ਦੇ ਬਾਰੇ ਗੱਲ ਕੀਤੀ ਗਈ ਹੈ, ਪੂਰੀ ਤਰੀਕੇ ਨਾਲ ਦੱਸਿਆ ਨਹੀਂ ਗਿਆ। ਸੋ ਇਹ ਵੀ ਫੈਕਟ ਦੇ ਤੌਰ ਤੇ ਹੀ ਤੁਸੀਂ ਲਰਨ ਕਰਨੇ ਨੇ। ਓਕੇ, ਉਸ ਤੋਂ ਬਾਅਦ ਨੈਕਸਟ ਆਉਂਦਾ ਮਲਾਈ ਪਾਲੀਨੇਸ਼ੀ ਪਰਿਵਾਰ। ਇਸ ਪਰਿਵਾਰ ਦੀਆਂ ਜਿਹੜੀਆਂ ਭਾਸ਼ਾਵਾਂ ਸੀ ਅਫਰੀਕਾ ਦੇ ਪੂਰਬੀ ਕੰਢੇ ਮਡਗਾਸਕਰ ਤੋਂ ਲੈ ਕੇ ਸ਼ਾਂਤ ਮਹਾਸਾਗਰ ਵਿਚਲੇ ਟਾਪੂਆਂ ਤੱਕ ਫੈਲੇ ਹੋਏ ਸੀ। ਪਰਿਵਾਰ ਦੀ ਜਿਹੜੀ ਪੱਛਮੀ ਸ਼ਾਖਾ ਨੂੰ ਇੰਡੋਨੇਸ਼ੀ ਭਾਸ਼ਾ ਕਿਹਾ ਜਾਂਦਾ ਸੀ, ਜੋ ਸਮਾਟਰਾ ਜਾਵਾ ਬੋਰੋਨੀਓ ਆਦਿ ਦੀਪ ਸਮੂਹਾਂ ਅਤੇ ਮਲਾਇਆ ਦੇ ਵਿੱਚ ਬੋਲੀਆਂ ਜਾਂਦੀਆਂ ਸੀ। ਨਿਊਜ਼ੀਲੈਂਡ ਈਸਟਰਲੈਂਡ ਹਵਾਈ ਫਿਜ਼ੀ ਇਹ ਸਾਰੇ ਕੀ ਆਉਂਦੇ ਨੇ ਅਫਰੀਕਾ ਦੇ ਉੱਧਰ ਸਾਈਡ ਆਉਂਦੇ, ਛੋਟੇ ਛੋਟੇ ਆਉਂਦੇ ਹੈਗੇ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਲੋਕ ਵਿਕਾਸਸ਼ੀਲ ਦੇਸ਼ ਨਹੀਂ ਹੈਗੇ, ਅਜੇ ਅਜੇ ਸਿਰਫ ਇਹਨਾਂ ਦੀ ਸਟਾਰਟਿੰਗ ਹੋ ਰਹੀ ਹੈ।
ਠੀਕ ਹੈ। ਸੋ ਇਹਨਾਂ ਦੇ ਵਿੱਚ ਜ਼ਿਆਦਾਤਰ ਆਦਿਵਾਸੀ ਪਹਿਲਾਂ ਰਹਿੰਦੇ ਸੀ ਕਿਉਂਕਿ ਅਫਰੀਕਾ ਦੇ ਲੋਕੀ ਹੁੰਦੇ ਸੀ, ਸੋ ਟਾਪੂ ਜ਼ਿਆਦਾ ਉੱਥੇ ਮਿਲਦੇ ਸੀ। ਸੋ ਇਹ ਉਸ ਸ਼ਾਖਾ ਦੇ ਵਿੱਚੋਂ ਇਹ ਸਾਰੀਆਂ ਨਿਕਲਦੀਆਂ ਨੇ। ਵੱਖ-ਵੱਖ ਤੇ ਦੂਰ ਦੁਰਾਡੇ ਖਿਲੇ ਟਾਪੂਆਂ ਦੀਆਂ ਭਾਸ਼ਾਵਾਂ ਹੋਣ ਕਰਕੇ ਇਹਨਾਂ ਵਿੱਚ ਸਾਂਝੇ ਲੱਛਣ ਘੱਟ ਸੀ, ਕਿਉਂਕਿ ਉਹ ਨਾ ਟਾਪੂਆਂ ਦੇ ਵਿੱਚ ਰਹਿੰਦੇ ਸੀ ਜ਼ਿਆਦਾਤਰ ਲੋਕੀ। ਸੋ ਉਹ ਇੱਕ ਉਹਨਾਂ ਦੇ ਵਿੱਚ ਕੰਬੀਨੇਸ਼ਨ ਜਿਹੜਾ ਹੈਗਾ ਸੀ ਇੱਕ ਦੂਜੇ ਦੇ ਨਾਲ, ਉਹ ਬਹੁਤ ਜ਼ਿਆਦਾ ਘੱਟ ਹੈਗਾ ਸੀ। ਭਾਸ਼ਾਵਾਂ ਦੇ ਵਿੱਚ ਇੱਕ ਵਚਨ, ਬਹੁ ਵਚਨ ਮਿਲਦੇ ਨੇ ਤੇ ਕਈਆਂ ਵਿੱਚ ਦੋ ਵਚਨ ਤੇ ਤ੍ਰੈ ਵਚਨ ਵੀ ਮਿਲਦੇ ਨੇ। ਸੋ ਕਈ ਗੁਣ ਜਿਹੜੇ ਹੈਗੇ ਨੇ ਇਹਨਾਂ ਭਾਸ਼ਾਵਾਂ ਦੇ ਆਸਟ੍ਰੀ ਏਸ਼ੀਆਈ ਭਾਸ਼ਾਵਾਂ ਵਾਲੇ ਹੈਗੇ ਨੇ ਜਿਹੜੇ ਪਿੱਛੇ ਪੜੇ ਸੀ। ਇਸ ਕਾਰਨ ਕਈ ਵਿਗਿਆਨੀ ਇਸ ਨੂੰ ਉਸੇ ਪਰਿਵਾਰ ਦੇ ਵਿੱਚ ਹੀ ਗਿਣ ਲੈਂਦੇ ਨੇ। ਅਗੇਤਰਾ ਪਿਛੇਤਰਾ ਦੇ ਨਾਲ ਨਾਲ ਵਿਚੇਤਰ ਵੀ ਇਸ ਦੇ ਵਿੱਚ ਵਰਤੇ ਜਾਂਦੇ ਨੇ। ਵਧੇਰੇ ਭਾਸ਼ਾ ਇਸ ਦੇ ਵਿੱਚ ਕੀ ਆ ਜਾਂਦੀ ਹੈਗੀ ਆ, ਸੰਯੋਗਾਤਮਕ ਆ ਜਾਂਦੀ ਹੈ, ਤੇ ਕੁਝ ਜਿਹੜੀ ਹੈਗੀ ਹੈ ਇਸ ਦੇ ਵਿੱਚ ਵਿਯੋਗਾਤਮਕ ਵੀ ਹੈ। ਜ਼ਿਆਦਾ ਭਾਸ਼ਾਵਾਂ ਦੇ ਵਿੱਚ ਵਿਆਕਰਨਿਕ ਲਿੰਗ ਜਿਹੜਾ ਹੈਗਾ ਏ ਉਹ ਬਿਲਕੁਲ ਨਹੀਂ ਮਿਲਦਾ। ਸੋ ਇਸ ਦੇ ਵਿੱਚ ਦੱਸਿਆ ਗਿਆ ਹੈਗਾ ਵਾ ਕਿ ਭਾਸ਼ਾਵਾਂ ਦੇ ਵਿੱਚ ਜ਼ਿਆਦਾਤਰ ਜਿਹੜਾ ਲਿੰਗ ਹੈਗਾ ਸੀ ਉਹ ਘੱਟ ਹੀ ਮਿਲਦਾ ਸੀ। ਦੋਹਰ ਦੀ ਵਰਤੋਂ ਜ਼ਿਆਦਾ ਲਗਭਗ ਸਾਰੀਆਂ ਭਾਸ਼ਾਵਾਂ ਦੇ ਵਿੱਚ ਆ ਜਾਂਦੀ ਹੈ। ਸੋ ਜਿਹੜਾ ਪਿੱਛੇ ਵੀ ਅਸੀਂ ਪੜ੍ਹਿਆ ਹੈਗਾ ਵਾ ਕਿ ਇਹਦੇ ਵਿੱਚ ਦੋਹਰਾ ਵਚਨ ਜਿਹੜਾ ਹੈਗਾ ਏ ਉਹ ਜ਼ਿਆਦਾਤਰ ਇਸ ਦੇ ਵਿੱਚ ਕੀ ਗਾ ਵਾ ਵਰਤਿਆ ਜਾਂਦਾ ਹੈ। ਸਾਰੀਆਂ ਦੇ ਵਿੱਚ ਹੀ ਅਸੀਂ ਜ਼ਿਆਦਾਤਰ ਪੜ੍ਹਿਆ ਹੈਗਾ ਵਾ। ਉਸ ਤੋਂ ਬਾਅਦ ਨੈਕਸਟ ਦੇਖੋ, ਅਮਰੀਕੀ ਭਾਸ਼ਾਵਾਂ ਦੇ ਬਾਰੇ ਗੱਲ ਕੀਤੀ ਗਈ ਹੈਗੀ ਆ, ਜਿਸ ਦੇ ਵਿੱਚ ਇਹ ਗਵਾ ਉੱਤਰੀ ਅਮਰੀਕਾ ਤੇ ਦੱਖਣੀ ਅਮਰੀਕਾ ਦੋਹਾਂ ਮਹਾਦੀਪਾਂ ਵਿੱਚ ਕਿਸੇ ਨਾ ਕਿਸੇ ਯੂਰਪੀ ਭਾਸ਼ਾ ਦੀ ਜਿਹੜੀ ਪ੍ਰਧਾਨਤਾ ਸੀ, ਪਰੰਤੂ ਇਹਨਾਂ ਮਹਾਦੀਪਾਂ ਦੇ ਮੂਲ ਜਿਹੜੇ ਵਸਨੀਕਾਂ ਦੀਆਂ ਆਪਣੀਆਂ ਵੱਖਰੀਆਂ ਵੱਖਰੀਆਂ ਭਾਸ਼ਾਵਾਂ ਸੀ। ਠੀਕ ਹੈ, ਇਹਨਾਂ ਸਾਰਿਆਂ ਦੀ ਕੀ ਹੈਗੀ ਸੀ ਆਪਣੀ ਅਲੱਗ ਅਲੱਗ ਤਰ੍ਹਾਂ ਦੀਆਂ ਇਹਨਾਂ ਦੇ ਵਿੱਚ ਭਾਸ਼ਾਵਾਂ ਜਿਹੜੀ ਹੈ ਯੂਜ਼ ਕੀਤੀਆਂ ਜਾਂਦੀਆਂ ਸੀ। ਉਸ ਤੋਂ ਬਾਅਦ ਜਿਹੜਾ ਹੈਗਾ ਇਸ ਦੇ ਵਿੱਚ ਕਿ ਯੂਰਪ ਜਿਹੜੇ ਹੈਗੇ ਸੀ ਭਾਸ਼ਾਵਾਂ ਨੇ ਆਦਿਵਾਸੀਆਂ ਦੀ ਭਾਸ਼ਾ ਇਸ ਦੇ ਵਿੱਚ ਕਾਫੀ ਪ੍ਰਭਾਵਿਤ ਉਹਨੂੰ ਕੀਤਾ ਸੀ, ਕਿਉਂਕਿ ਰਾਜ ਕਾਜ ਦਾ ਸਾਰਾ ਵਿਹਾਰ ਕੀ ਗਾ ਸੀ ਇਹਨਾਂ ਭਾਸ਼ਾਵਾਂ ਦੇ ਵਿੱਚ ਹੀ ਜ਼ਿਆਦਾਤਰ ਹੁੰਦਾ ਸੀ। ਯੂਰਪੀ ਭਾਸ਼ਾਵਾਂ ਦੇ ਪ੍ਰਭੁਤਵ ਕਾਰਨ ਕਈ ਛੋਟੀਆਂ ਛੋਟੀਆਂ ਭਾਸ਼ਾਵਾਂ ਦਾ ਵੀ ਕੀ ਗਾ ਸੀ ਵਜੂਦ ਖਤਰੇ 'ਚ ਪੈ ਗਿਆ, ਕਿਉਂਕਿ ਜ਼ਿਆਦਾਤਰ ਕੀ ਗਾ ਸੀ ਉਹ ਹੀ ਭਾਸ਼ਾਵਾਂ ਜ਼ਿਆਦਾਤਰ ਯੂਜ਼ ਕੀਤੇ ਜਾਂਦੇ ਸੀ, ਤੇ ਜਿਸਦੇ ਕਾਰਨ ਕੀ ਗਾ ਸੀ ਜਿਵੇਂ ਹੁਣ ਸਾਡੇ ਇੱਥੇ ਵੀ ਹੈਗਾ ਵਾ ਕਿ ਪੰਜਾਬੀ ਜਿਵੇਂ ਜ਼ਿਆਦਾਤਰ ਨਹੀਂ ਹੁਣ ਇੰਨੀ ਪਰ ਬੋਲੀ ਜਾਂਦੀ, ਕਿਉਂਕਿ ਹਿੰਦੀ ਵਗੈਰਾ ਜਿਹੜੀ ਹੈਗੀ ਆ ਉਹ ਜ਼ਿਆਦਾਤਰ ਯੂਜ਼ ਕੀਤੀ ਜਾਂਦੀ ਹੈ। ਤੋ ਜਿਹਦੇ ਕਾਰਨ ਕੀ ਹੈਗਾ ਵਾ ਪੰਜਾਬੀ ਦਾ ਵਜੂਦ ਜਿਹੜਾ ਹੈਗਾ ਵਾ ਖਤਰੇ ਦੇ ਵਿੱਚ ਆ ਗਿਆ ਹੈ। ਸੋ ਇਹ ਕਾਰਨ ਸੀ ਕਿ ਯੂਰਪੀ ਜਿਹੜੀ ਭਾਸ਼ਾ ਜ਼ਿਆਦਾ ਪ੍ਰਫੁੱਲਿਤ ਹੋਣ ਕਾਰਨ ਕੀ ਗਈ ਸੀ ਛੋਟੀਆਂ ਭਾਸ਼ਾਵਾਂ ਸੀ ਉਹ ਖਤਰੇ ਦੇ ਵਿੱਚ ਆ ਗਈਆਂ ਨੇ। ਉਸ ਤੋਂ ਬਾਅਦ ਨੈਕਸਟ ਆਇਆ ਸਾਡੇ ਕੋਲ ਕਿ ਅਮਰੀਕਾ ਦੇ ਆਦਿਵਾਸੀ ਲਗਭਗ 1200 ਭਾਸ਼ਾਵਾਂ ਬੋਲਦੇ ਸੀ। ਪਿਛਲੇ ਕੁਝ ਵਰ੍ਹਿਆਂ ਵਿੱਚ ਇਹਨਾਂ ਦੀ ਬਣਤਰ ਦਾ ਵੀ ਅਧਿਐਨ ਕੀਤਾ ਗਿਆ, ਪਰੰਤੂ ਅਜੇ ਤੱਕ ਵੱਡੀਆਂ ਭਾਸ਼ਾਵਾਂ ਵੱਲ ਹੀ ਧਿਆਨ ਦਿੱਤਾ ਗਿਆ ਸੀ। ਛੋਟੀਆਂ ਛੋਟੀਆਂ ਭਾਸ਼ਾਵਾਂ ਅਜੇ ਦਾਇਰੇ ਦੇ ਵਿੱਚ ਨਹੀਂ ਆਏ, ਇਸ ਲਈ ਸਮੁੱਚਾ ਵਰਗੀਕਰਨ ਅਜੇ ਸੰਭਵ ਨਹੀਂ ਹੈ। ਆਮ ਤੌਰ ਤੇ ਅਮਰੀਕੀ ਭਾਸ਼ਾਵਾਂ ਦੇ ਤਿੰਨ ਵਰਗ ਹੈਗੇ ਨੇ, ਅਮਰੀਕਾ ਦੇ ਜਿਹੜੇ ਹੈਗੇ ਉੱਤਰੀ, ਮੱਧਵਰਤੀ ਤੇ ਦੱਖਣੀ, ਪਰੰਤੂ ਇਹ ਵੰਡ ਸਿਰਫ ਕੀ ਹੈਗੀ ਨੇ ਖੇਤਰ ਦੇ ਉੱਤੇ ਕੀਤੀ ਗਈ ਹੈ, ਪਰਿਵਾਰਕ ਨਹੀਂ ਕੀਤੀ ਗਈ ਕਿ ਖੇਤਰਾਂ ਨੂੰ ਵੰਡ ਦਿੱਤਾ ਹੈ, ਪਰਿਵਾਰ ਨੂੰ ਹਜੇ ਵੰਡਣਾ ਬਾਕੀ ਹੈ। ਤੇ ਇਸ ਦੇ ਨਾਲ ਇਸ ਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਹੈ ਉਹ ਨਿਕਲ ਕੇ ਸਾਹਮਣੇ ਆ ਸਕਦੀਆਂ। ਸੋ ਇਸ ਦੇ ਵਿੱਚ ਨੈਕਸਟ ਦੇਖੋ, ਅਫਰੀਕੀ ਭਾਸ਼ਾ ਆ ਜਾਂਦੀਆਂ ਨੇ। ਸੋ ਇਹਨਾਂ ਦੇ ਵਿੱਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੀ ਗਿਣਤੀ ਵੀ ਕਾਫੀ ਹੈ। ਇਹਨਾਂ ਵਿੱਚੋਂ ਕਈ ਭਾਸ਼ਾਵਾਂ ਦਾ ਅਧਿਐਨ ਯੂਰਪੀ ਭਾਸ਼ਾ ਵਿਗਿਆਨੀਆਂ ਵੱਲੋਂ ਵੀ ਕੀਤਾ ਗਿਆ। ਇਹਨਾਂ ਭਾਸ਼ਾਵਾਂ ਦੇ ਤਿੰਨ ਵਰਗ ਨਿਸ਼ਚਿਤ ਕੀਤੇ ਗਏ, ਬੰਟੂ ਵਰਗ, ਬੁਸ਼ਮੈਨ ਵਰਗ ਤੇ ਸੁਡਾਨ। ਬੰਟੂ ਜਿਹੜੀ ਹੈਗੀ ਹੈ ਨਾ ਕਾਫੀ ਜ਼ਿਆਦਾ ਪੁੱਛੀ ਵੀ ਗਈ ਹੈ। ਸੋ ਇਸ ਵਰਗ ਦੀਆਂ ਭਾਸ਼ਾਵਾਂ ਜਿਹੜੀਆਂ ਸੀ ਉਹ ਦੱਖਣੀ ਅਫਰੀਕਾ ਦੇ ਪੂਰਬੀ ਖੇਤਰ ਦੇ ਵਿੱਚ ਬੋਲੀਆਂ ਜਾਂਦੀਆਂ ਸੀ, ਉੱਤਰ ਦੇ ਵਿੱਚ ਸੁਡਾਨ ਵਰਗ ਸੀ, ਦੱਖਣ ਪੱਛਮ ਵੱਲ ਬੁਸ਼ਮੈਨ ਵਰਗ ਸਥਿਤ ਹੈ। ਬੰਟੂ ਵਰਗ ਵਿੱਚ ਕੋਈ 150 ਭਾਸ਼ਾਵਾਂ ਬੋਲੀਆਂ ਜਾਂਦੀਆਂ। ਵਰਗ ਦੀ ਪ੍ਰਮੁੱਖ ਭਾਸ਼ਾ ਕੀ ਆਉਂਦੀ ਆ, ਸਹਾਵਿਲੀ ਨੂੰ ਮੰਨਿਆ ਗਿਆ, ਇਸ ਨੂੰ ਵੀ ਪੜ੍ਹਾਇਆ ਜਾ ਰਿਹਾ ਹੈ। ਕਾਫਰ, ਕਾਂਗੋ, ਜ਼ੁਲੂ ਇਸ ਵਰਗ ਦੀਆਂ ਹੋਰ ਪ੍ਰਮੁੱਖ ਭਾਸ਼ਾਵਾਂ ਨੇ। ਹੁਣ ਦੇਖੋ ਕਈਆਂ ਨੂੰ ਨਾ ਹੁਣ ਥੋੜੇ ਜਿਹੇ ਨਾ ਔਖ ਹੋਣਾ ਹੈ ਇਸ ਨੂੰ ਲਿਖਣ ਦੇ ਵਿੱਚ, ਸੋ ਉਹ ਵੀ ਮੈਂ ਦੱਸ ਦਿੰਦੀ ਹੈਗੀ ਹਾਂ ਕਿਸ ਤਰ੍ਹਾਂ ਤੁਸੀਂ ਲਿਖਣਾ ਹੈ। ਜਿਵੇਂ ਹੁਣ ਦੇਖੋ ਤੁਸੀਂ ਇੱਕ ਕਾਪੀ ਪੈਨ ਲਿਖ ਲਓ, ਭਾਸ਼ਾ ਪਰਿਵਾਰ ਉੱਤੇ ਲਿਖ ਲਓ, ਇਹਦੇ ਵਿੱਚ ਇਹ ਦੇਖੋ ਕਿ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਲਿਖ ਲਓ, ਨਾਲ ਦੇ ਨਾਲ ਇਹਨਾਂ ਦੀਆਂ ਸ਼ਾਖਾਵਾਂ ਦੇਖ ਲਓ ਕਿੱਥੇ ਬੋਲੀਆਂ ਜਾਂਦੀਆਂ ਸੀ
ਅੱਗੇ ਇਹਨਾਂ ਦੀਆਂ ਹੋਰ ਅਗਰ ਕੋਈ ਹੋਰ ਐਕਸਟਰਾ ਚੀਜ਼ ਦੱਸੀ ਗਈ ਹੈ ਤਾਂ ਉਹ ਉੱਥੇ ਲਿਖ ਲਓ। ਜ਼ਿਆਦਾ ਇਸ ਦੇ ਵਿੱਚ ਡਿਟੇਲ ਵਿੱਚ ਜਾਣ ਦੀ ਜਿਹੜੀ ਲੋੜ ਨਹੀਂ ਹੈਗੀ। ਸੋ ਇਸ ਦੇ ਵਿੱਚ ਕੀ ਕਿਸੀ ਭਾਸ਼ਾ ਸੰਯੋਗ ਆਤਮਕ ਆਇਨ ਦੀ ਇਹ ਵੀ ਗੱਲ ਇੱਥੇ ਦੱਸੀ ਗਈ ਹੈ, ਯਾਨੀ ਕਿ ਉਹਨਾਂ ਵਾਸਤੇ ਅਗੇਤਰਾ ਦਾ ਵਧੇਰੇ ਪ੍ਰਯੋਗ ਕੀਤਾ ਗਿਆ ਸੀ। ਸੋ ਜ਼ਿਆਦਾਤਰ ਸਾਰੀਆਂ ਸੰਯੋਗ ਆਤਮਕਤਾ ਦੇ ਵਿੱਚ ਆਉਂਦੀਆਂ ਨੇ, ਜਿਵੇਂ ਕਿ ਸ਼ਬਦਾਂ ਵਾਸਤੇ ਅਗੇਤਰ ਜਾਂ ਪਿਛੇਤਰ ਜ਼ਿਆਦਾਤਰ ਇੱਥੇ ਯੂਜ਼ ਕਰ ਲਏ ਜਾਂਦੇ ਸੀ। ਕਈ ਭਾਸ਼ਾਵਾਂ ਵਿੱਚ ਨਾਂਵ ਦੇ ਇੱਕ ਵਚਨ ਅਤੇ ਬਹੁ ਵਚਨ ਦਾ ਫਰਕ ਅਗੇਤਰ ਦੇ ਨਾਲ ਕੀਤਾ ਜਾਂਦਾ ਹੈ। ਹੁਣ ਅੱਗੇ ਬੁਸ਼ਮੈਨ ਭਾਸ਼ਾਵਾਂ ਦੱਖਣੀ ਪੱਛਮੀ ਅਫਰੀਕਾ ਦੇ ਵਿੱਚ ਬੋਲੀਆਂ ਜਾਂਦੀਆਂ ਨੇ। ਲਿੰਗ ਭੇਦ ਦੀ ਥਾਂ ਜਾਨਦਾਰ ਤੇ ਬੇਜਾਨ ਦਾ ਫਰਕ ਰੱਖਿਆ ਜਾਂਦਾ ਹੈ। ਹੁਣ ਪਿੱਛੇ ਵੀ ਜਿਹੜੀ ਹੈਗੀ ਸੀ ਅਸੀਂ ਇਸੇ ਤਰੀਕੇ ਦੇ ਨਾਲ ਲਿਖਿਆ ਸੀ ਦੇਖਿਆ ਸੀ। ਸੋ ਇੱਥੇ ਲਿੰਗ ਭੇਦ ਜਿਹੜੀ ਹੈਗੀ ਸੀ ਉਸ ਦੀ ਥਾਂ ਕਿ ਜੇਕਰ ਜਾਨਦਾਰ ਅਵਸਥਾ ਦੀ ਗੱਲ ਕੀਤੀ ਗਈ ਹੈ, ਲਿੰਗ ਕਿ ਜਾਨਦਾਰ ਇੱਕ ਮੇਲ 'ਚ ਹੋ ਜਾਏਗਾ ਇੱਕ ਫੀਮੇਲ 'ਚ ਹੋ ਜਾਏਗਾ, ਦੇਖ ਲਓ ਕਿਸ ਤਰ੍ਹਾਂ ਇਹਨਾਂ ਨੇ ਵੰਡ ਕੀਤੀ ਸੀ। ਬਹੁਵਚਨ ਬਣਾਉਣ ਦੇ ਕਈ ਢੰਗ ਸੀ ਜਿਨ੍ਹਾਂ ਵਿੱਚ ਦੋਹਰ ਦੀ ਵਿਧੀ ਵੀ ਗਿਆ ਥਾ ਕਿਸੇ ਨਾਮ ਨੂੰ ਦੋ ਵਾਰ ਬੋਲਣ ਨਾਲ ਇੱਕ ਵਚਨ ਅਤੇ ਬਹੁਵਚਨ ਬਣ ਜਾਂਦਾ ਸੀ। ਸੋ ਇਹ ਇਹਨਾਂ ਦੇ ਕਿਉਂਕਿ ਉਸ ਸਮੇਂ ਵਿਕਸਿਤ ਨਹੀਂ ਸੀ ਇਹ ਚੀਜ਼ਾਂ, ਇਹ ਵੀ ਗੱਲ ਸਮਝਣ ਦੀ ਲੋੜ ਹੈ। ਜਦੋਂ ਇਹ ਚੀਜ਼ ਵਿਕਸਿਤ ਹੋਣੀ ਸ਼ੁਰੂ ਹੋ ਗਈ ਤਾਂ ਸਾਨੂੰ ਕੀ ਹੈਗਾ ਵਾ ਪਤਾ ਲੱਗਣਾ ਸ਼ੁਰੂ ਹੋ ਗਿਆ। ਸੋ ਜਿਸ ਤਰੀਕੇ ਦੇ ਨਾਲ ਉਹ ਰਹਿੰਦੇ ਸੀ, ਜਿਸ ਤਰ੍ਹਾਂ ਉਹ ਆਮ ਤੌਰ ਤੇ ਇੱਕ ਦੂਜੇ ਨਾਲ ਗੱਲਬਾਤ ਕਰਦੇ ਸੀ, ਜਿਸ ਤਰ੍ਹਾਂ ਉਹਨਾਂ ਨੇ ਸਮਝਿਆ ਸੀ, ਉਸੇ ਤਰੀਕੇ ਨਾਲ ਉਹਨਾਂ ਨੇ ਕੀ ਸੀ ਨਿਯਮ ਬਣਾ ਦਿੱਤੇ। ਬਾਅਦ ਵਿੱਚ ਜਾ ਕੇ ਉਹਨਾਂ ਨੂੰ ਜਿਹੜੀ ਗਈ ਸੀ ਪਤਾ ਲੱਗੀ ਕਿ ਕਿਹੜੀ ਚੀਜ਼ ਸਹੀ ਹੈ ਕਿਹੜੀ ਗਲਤ ਹੈਗੀ ਹੈ। ਸੋ ਇਹੋ ਚੀਜ਼ ਉਹਨਾਂ ਨੇ ਦੱਸੀ ਹੋਈ ਨੇ ਇੱਥੇ। ਉਸ ਤੋਂ ਬਾਅਦ ਨੈਕਸਟ ਆਇਦਾ ਹੈਗਾ ਵਾ ਸਾਡੇ ਕੋਲ ਕਿ ਸੁਡਾਨ ਵਰਗ ਆਇਦਾ ਅਫਰੀਕਾ ਵਿੱਚ ਭੂ ਮੱਧ ਰੇਖਾ ਦੇ ਉੱਤਰ ਵੱਲ ਪਸਰਿਆ ਹੋਇਆ ਹੈ। 400 ਭਾਸ਼ਾਵਾਂ ਮੰਨੀਆਂ ਜਾਂਦੀਆਂ ਨੇ। ਵਾਈ, ਮੋਮ ਅਤੇ ਨੂਬੀ ਇਸ ਵਰਗ ਦੀਆਂ ਪ੍ਰਮੁੱਖ ਭਾਸ਼ਾਵਾਂ ਨੇ। ਭਾਸ਼ਾਵਾਂ ਲਿਖੀਆਂ ਤੇ ਪੜ੍ਹਾਈਆਂ ਵੀ ਜਾਂਦੀਆਂ ਨੇ। ਵਿਯੋਗ ਆਤਮਕ ਦੀ ਸਥਿਤੀ ਵਿੱਚ ਆਉਂਦੀਆਂ ਨੇ। ਸ਼ਬਦ ਛੋਟੇ ਛੋਟੇ ਤੇ ਵਧੇਰੇ ਇੱਕ ਹੀਰੇ ਉਚਾਰ ਖੱਡੀ ਹਨ। ਵਾਕ ਵਿੱਚ ਸ਼ਬਦਾਂ ਦੇ ਸਥਾਨ ਦਾ ਕਾਫੀ ਮਹੱਤਵ ਹੈਗਾ, ਜਿਵੇਂ ਚੀਨੀ ਭਾਸ਼ਾ ਵਾਂਗ ਇਹਨਾਂ ਵਿੱਚ ਸੁਰਾਂ ਦੀ ਵਰਤੋਂ ਕੀਤੀ ਜਾਂਦੀ ਹੈ, ਯਾਨੀ ਕਿ ਇਹ ਵੀ ਸੁਰਾਤਮਕ ਦੇ ਵਿੱਚ ਆਉਂਦੇ ਨੇ। ਪਰ ਇਹਨਾਂ ਭਾਸ਼ਾਵਾਂ ਦਾ ਉਹਨਾਂ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈਗਾ। ਸੋ ਸੁਡਾਨ ਵਰਗ ਦੇ ਵਿੱਚ ਤੁਸੀਂ ਇਹ ਲਿਖਣਾ ਹੈ ਬੋਲੀਆਂ ਕਿੱਥੇ ਜਾਂਦੀਆਂ ਨੇ, ਕਿੰਨੀਆਂ ਗੋਇਸ ਦੀਆਂ ਭਾਸ਼ਾਵਾਂ ਨੇ, ਭਾਸ਼ਾਵਾਂ ਇਹਨਾਂ ਦੀਆਂ ਕਿਹੜੀਆਂ ਨੇ, ਤੇ ਇਹ ਅਗਰ ਇਹਦੇ ਵਿੱਚ ਲਿਖਿਆ ਲਿਖੀਆਂ ਤੇ ਪੜ੍ਹੀਆਂ ਜਾਂਦੀਆਂ ਨੇ। ਸ਼ਾਰਟ ਦੇ ਵਿੱਚ ਲਿਖਿਆ ਨਾ ਵਿਯੋਗ ਆਤਮਕ ਆ ਜਾਂਦੀਆਂ, ਸ਼ਬਦ ਛੋਟੇ ਛੋਟੇ ਤੇ ਇੱਕ ਹੀ ਰਹਿ ਗਏ ਨੇ, ਉਚਾਰ ਖੰਡੀ ਨੇ, ਸ਼ਬਦਾਂ ਦਾ ਸਥਾਨ ਇਹ ਰਹਿਣ ਦੋ ਜਿਵੇਂ ਰਿਲੇਟ ਕਰਦੀ ਹੈ ਚੀਨੀ ਦੇ ਨਾਲ, ਯਾਨੀ ਕਿ ਉਹਦੇ ਵਾਂਗ ਇਸ ਵਿੱਚ ਸੁਰ ਦੀ ਵਰਤੋਂ ਕੀਤੀ ਜਾਂਦੀ ਹੈ। ਹੋਰ ਵਰਗ ਇਸ ਦੇ ਵਿੱਚ ਆਉਂਦੇ ਗਏ ਨੇ। ਕਹਿੰਦੇ ਕਿ ਵਿਸ਼ਵ ਵਿੱਚ ਪ੍ਰਚਲਿਤ ਭਾਸ਼ਾਵਾਂ ਦੇ ਕੁਝ ਹੋਰ ਵਰਗ ਵੀ ਗਏ ਨੇ, ਜਿਵੇਂ ਆਸਟ੍ਰੇਲੀਆ ਦਾ ਜਿਹੜਾ ਭਾਸ਼ਾ ਵਰਗ ਹੈਗਾ ਉਹ ਵੀ ਵੱਖਰਾ ਹੈਗਾ। ਇਸ ਵਰਗ ਵਿੱਚ 200 ਦੇ ਕਰੀਬ ਜਿਹੜੀਆਂ ਭਾਸ਼ਾਵਾਂ ਹੈ ਉਹ ਸਾਨੂੰ ਮਿਲਦੀਆਂ ਨੇ। ਉਸ ਤੋਂ ਬਾਅਦ ਨੈਕਸਟ ਦੇਖੋ, ਬੋਲਣ ਵਾਲਿਆਂ ਦੀ ਵੀ ਗਿਣਤੀ 5,000 ਹੈ, ਸੁਰਾਤਮਕ ਇਹ ਨਹੀਂ ਹੈਗੀ। ਕਾਰਕਾਂ ਲਈ ਨਾਵੀ ਰੂਪ ਹੀ ਇਸਤੇਮਾਲ ਕੀਤੇ ਜਾਂਦੇ ਨੇ। ਸੋ ਇਹ ਵੀ ਉਹਨਾਂ ਦਾ ਆਪਣੇ ਤਰੀਕੇ ਦੇ ਨਾਲ ਹੀ ਹੈਗਾ ਸੀ, ਸੋਚ ਸਮਝ ਕੇ ਉਹਨਾਂ ਨੇ ਲਿਖੇ ਸੀ। ਉਸ ਤੋਂ ਇਲਾਵਾ ਜਪਾਨੀ ਕੋਰੀਆਈ ਭਾਸ਼ਾਵਾਂ ਨੂੰ ਪਹਿਲਾਂ ਚੀਨੀ ਵਰਗ ਵਿੱਚ ਰੱਖੇ ਜਾਂਦੇ ਸੀ, ਪਰ ਹੁਣ ਇਹ ਵੱਖਰਾ ਪਰਿਵਾਰ ਗਿਣਿਆ ਜਾਂਦਾ ਹੈ ਕਿਉਂਕਿ ਉਹਨਾਂ ਤੋਂ ਅਲੱਗ ਹੈਗੇ ਨੇ। ਇਹਨਾਂ ਦੇ ਬਹੁਤ ਸਾਰੇ ਲੱਛਣ ਚੀਨੀ ਭਾਸ਼ਾਵਾਂ ਵਾਲੇ ਹੀ ਹਨ। ਭਾਸ਼ਾ ਵਿਗਿਆਨੀ ਭਾਵੇਂ ਵਿਸ਼ਵ ਵਿੱਚ ਬੋਲੀਆਂ ਜਾਣ ਵਾਲੀਆਂ ਹਜ਼ਾਰਾਂ ਭਾਸ਼ਾਵਾਂ ਨੂੰ ਵੱਖ ਵੱਖ ਸ਼੍ਰੇਣੀਆਂ ਤੇ ਵਰਗ ਵਿੱਚ ਵਿਉਤਪੰਨ ਕਰਨ ਵਿੱਚ ਸਫਲ ਹੋ ਗਏ ਨੇ, ਪਰ ਬਹੁਤ ਸਾਰੀਆਂ ਅਜਿਹੀਆਂ ਭਾਸ਼ਾਵਾਂ ਨੇ ਜਿਨ੍ਹਾਂ ਦਾ ਅਜੇ ਵੀ ਵਰਗੀਕਰਨ ਨਹੀਂ ਹੋ ਸਕਿਆ, ਯਾਨੀ ਕਿ ਉਹ ਅਲੱਗ ਥਲੱਗ ਭਾਸ਼ਾ ਨੂੰ ਕੀ ਕਹਿੰਦੇ ਨੇ ਲੈਂਗੁਏਜ ਆਈਸੋਲੇਟ ਵੀ ਕਿਹਾ ਜਾਂਦਾ ਹੈ। ਜਿਵੇਂ ਉੱਤਰੀ ਸਪੇਨ, ਦੱਖਣੀ ਫਰਾਂਸ, ਉੱਤਰੀ ਜਪਾਨ, ਕੈਨੇਡਾ, ਸਾਇਬੇਰੀਆ, ਕੈਲੀਫੋਰਨੀਆ, ਪਾਕਿਸਤਾਨ ਦੇ ਕਈ ਭਾਗਾਂ ਵਿੱਚ ਇਹਨਾਂ ਦੀ ਅਜੇ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਕਿ ਹਜੇ ਤੱਕ ਪਤਾ ਹੀ ਨਹੀਂ ਹੈ ਕਿ ਕਿਹੜੀਆਂ ਭਾਸ਼ਾਵਾਂ ਨੇ ਕਿਸ ਵਰਗ ਦੇ ਵਿੱਚ ਰੱਖੀਆਂ ਜਾਣੀਆਂ ਨੇ ਕਿ ਨਹੀਂ। ਸੋ ਇਹ ਜਿਹੜੀ ਚੀਜ਼ ਹੈਗੀ ਆ ਇਹ ਕਹਿੰਦੇ ਅਜੇ ਦੇਖਣੀ ਬਾਕੀ ਹੈ। ਬਾਕੀ ਉਹਨਾਂ ਨੇ ਦੱਸ ਦਿੱਤਾ ਹੈਗਾ ਵਾ ਭਾਸ਼ਾਵਾਂ ਕਿੱਥੇ ਕਿੱਥੇ ਬੋਲੀਆਂ ਜਾਂਦੀਆਂ ਨੇ, ਕਿੰਨੀਆਂ ਕਿੰਨੀਆਂ ਬੋਲੀਆਂ ਜਾਂਦੀਆਂ ਨੇ, ਕਿਹੜਾ ਖੇਤਰ ਹੈ ਕਿਹੜਾ ਨਹੀਂ। ਸੋ ਇਹ ਤੁਸੀਂ ਸਾਰਾ ਕੁਝ ਕੀ ਹੈਗਾ ਵਾ ਨੋਟ ਕਰਨਾ ਹੈਗਾ ਏ, ਤੇ ਨਾਲ ਦੇ ਨਾਲ ਇੱਕ ਕਾਪੀ ਪੈਨ ਜ਼ਰੂਰ ਲਗਾਓ, ਕਿਉਂਕਿ ਮੈਂ ਜਿੰਨੇ ਵੀ ਸਟੂਡੈਂਟ ਹੈਗੇ ਨੇ ਉਹਨਾਂ ਸਾਰਿਆਂ ਨੂੰ ਕਿਹਾ ਹੋਇਆ ਏ ਕਿ ਇੱਕ ਕਾਪੀ ਪੈਨ ਜ਼ਰੂਰ ਲਗਾ ਕੇ ਰੱਖਿਆ ਕਰੋ, ਕਿਉਂਕਿ ਉਸ ਦੇ ਨਾਲ ਕੀ ਹੁੰਦਾ ਹੈ ਜਦੋਂ ਵੀ ਤੁਸੀਂ ਕੋਈ ਰਾਈਟਰ ਬਾਰੇ ਪੜ੍ਹਦੇ ਹੋ ਜਾਂ ਕੋਈ ਇਸ ਤਰ੍ਹਾਂ ਦੀ ਇੰਪੋਰਟੈਂਟ ਚੀਜ਼ਾਂ ਪੜ੍ਹਦੇ ਹੋ ਉਹਨੂੰ ਇੱਕ ਲਾਈਨ ਦੇ ਵਿੱਚ ਹੀ ਲਿਖ ਲਿਆ ਕਰੋ, ਕਿ ਉਹਦੇ ਨਾਲ ਕੀ ਹੋਏਗਾ ਵਾ ਕਿ ਚੀਜ਼ਾਂ ਯਾਦ ਜਲਦੀ ਹੋ ਜਾਂਦੀਆਂ ਨੇ। ਹੁਣ ਦੇਖੋ ਐਗਜ਼ਾਮ ਕੋਲ ਆ ਗਿਆ ਨੇ, ਤੁਸੀਂ ਕੀ ਕਰੋਗੇ ਫਟਾਫਟ? ਇਹ ਥੋੜ੍ਹੀ ਕਰੋਗੇ ਕਿ ਅਸੀਂ
ਜਾ ਕੇ ਤੇ ਪੂਰੀ ਦੀ ਪੂਰੀ ਬੁੱਕ ਜਿਹੜੀ ਹੈਗੀ ਆ ਉਹ ਖੋਲ ਕੇ ਦੇਖਣ ਦੀ ਕੋਸ਼ਿਸ਼ ਕਰੀਏ ਜਾਂ ਪੜ੍ਹਨ ਦੀ ਕੋਸ਼ਿਸ਼ ਕਰੀਏ। ਸੋ ਇਹ ਚੀਜ਼ ਜਿਹੜੀ ਹੈਗੀ ਆ ਛੱਡ ਦੋ। ਕਈ ਜਿਹੜੇ ਹੈਗੇ ਨੇ ਆਈ ਨੋ ਨੋਟਸ ਦੇ ਖਿਲਾਫ ਹੈਗੇ ਨੇ, ਮੈਨੂੰ ਪਤਾ ਹੈ ਬਹੁਤ ਸਾਰੇ ਪਰਸਨ ਇਸ ਤਰ੍ਹਾਂ ਦੇ ਹੈਗੇ ਨੇ ਜਿਹੜੇ ਕਿ ਨੋਟਸ ਬਣਾਉਣ ਦੇ ਖਿਲਾਫ ਹੈਗੇ ਨੇ। ਕਿਉਂ ਨਾ ਬਣਾਈਏ, ਤੁਸੀਂ ਪੜ੍ਹਨਾ ਹੈ ਇਹਦੇ ਵਿੱਚ, ਤੁਸੀਂ ਕੀ ਪ੍ਰੋਬਲਮ ਹੈਗੀ ਹੈ ਕਿਸੇ ਨੂੰ, ਤੁਸੀਂ ਪੜ੍ਹਨਾ ਹੈ ਤੁਹਾਨੂੰ ਜਿਸ ਚੀਜ਼ ਦੇ ਵਿੱਚ ਸ਼ਾਰਟ ਫੋਰਮ ਦੇ ਵਿੱਚ ਫਟਾਫਟ ਪੜ੍ਹਿਆ ਜਾਂਦਾ ਹੈਗਾ ਹੈ, ਉਹ ਤੁਸੀਂ ਜ਼ਿਆਦਾ ਅੱਛੇ ਤਰੀਕੇ ਨਾਲ ਜਿਸ ਦੇ ਵਿੱਚ ਪੜ੍ਹ ਸਕਦੇ ਹੋ ਤਾਂ ਉਸ ਤਰੀਕੇ ਦੇ ਨਾਲ ਤੁਸੀਂ ਪੜ੍ਹੋ। ਇਹ ਨਹੀਂ ਹੈਗਾ ਕਿ ਕਿਸੇ ਦੀ ਮੰਨ ਕੇ ਤੁਸੀਂ ਤੇ ਉਹ ਨੋਟਸ ਹੀ ਨਾ ਬਣਾਓ, ਇਹ ਨਹੀਂ ਹੋ ਸਕਦਾ। ਸੋ ਜਿਹੜੀ ਚੀਜ਼ ਤੁਹਾਨੂੰ ਆਸਾਨ ਲੱਗਦੀ ਹੈਗੀ ਹੈ, ਜਿਸ ਚੀਜ਼ ਦੇ ਵਿੱਚ ਤੁਸੀਂ ਖੁਸ਼ ਹੋ, ਜਿਸ ਤਰੀਕੇ ਦੇ ਨਾਲ ਤੁਸੀਂ ਪੜ੍ਹ ਸਕਦੇ ਹੋ, ਉਹ ਤੁਸੀਂ ਪੜ੍ਹੋ। ਠੀਕ ਹੈ, ਓਕੇ। ਸੋ ਹੁਣ ਜਿਹੜੇ ਲਿੰਕ ਹੈਗੇ ਨੇ ਮੈਂ ਉਹ ਵੀ ਦੱਸ ਦਿੰਦੀ ਹੈਗੀ ਹਾਂ ਤੁਹਾਨੂੰ ਕਿ ਗਰੁੱਪ ਦੇ ਵਿੱਚ ਕਲਾਸਿਸ ਜਿਹੜੀ ਹੈਗੀਆਂ ਨੇ ਉਹਨਾਂ ਦੇ ਲਿੰਕ ਪਏ ਜਾ ਰਹੇ ਨੇ, ਤੇ ਇਹ ਵੀ ਤੁਸੀਂ ਆ ਕੇ ਜਿਹੜੇ ਦੇਖ ਸਕਦੇ ਹੋ ਕਲਾਸਿਸ। ਹਾਂ, ਕਿਉਂਕਿ ਦੇਖੋ ਇੱਕ ਤਾਂ ਤੁਸੀਂ ਗਰੁੱਪ ਦੇ ਵਿੱਚ ਜੇਕਰ ਆਓਗੇ ਤਾਂ ਤੁਹਾਨੂੰ ਇੱਕ ਉੱਥੇ ਬੁੱਕਸ ਵੀ ਹੈਗੀਆਂ ਨੇ ਪੀਡੀਐਫ ਦੇ ਰੂਪ ਦੇ ਵਿੱਚ, ਉਹ ਵੀ ਤੁਸੀਂ ਜੁਆਇਨ ਕਰਕੇ ਤੁਸੀਂ ਲੈ ਸਕਦੇ ਹੋ। ਨਾਲ ਦੇ ਨਾਲ ਇੱਥੇ ਇਹ ਵੀ ਚੀਜ਼ ਆ ਜਾਂਦੀ ਹੈਗੀ ਹੈ ਕਿ ਅਗਰ ਕਿਸੇ ਕੋਲ ਹੈਲਪ ਲੈਣੀ ਹੋਏਗੀ ਕਿਸੇ ਸਟੂਡੈਂਟ ਕੋਲੋਂ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ। ਠੀਕ ਹੈ, ਬਾਕੀ ਤੁਸੀਂ ਵੀਡੀਓਜ਼ ਦੇਖਦੇ ਰਹੋ, ਐਂਡ ਅਗਰ ਕੁਛ ਵੀ ਪ੍ਰੋਬਲਮ ਹੋਵੇ ਦੈਨ ਮੈਸੇਜ ਕਰਕੇ ਤੁਸੀਂ ਪੁੱਛ ਸਕਦੇ ਹੋ। ਅਗਰ ਗਰੁੱਪ ਦਾ ਲਿੰਕ ਵੀ ਲੈਣਾ ਹੋਏਗਾ ਤਾਂ ਵੀ ਤੁਸੀਂ ਲੈ ਸਕਦੇ ਹੋ, ਕਮੈਂਟ ਕਰਕੇ ਅਲੱਗ ਤੋਂ ਮੈਂ ਸੈਂਡ ਕਰ ਦਾਂਗੀ, ਕੋਈ ਪ੍ਰੋਬਲਮ ਨਹੀਂ ਹੋਏਗੀ। ਤੇ ਇਸ ਤਰ੍ਹਾਂ ਹੀ ਵੀਡੀਓ ਦੇਖਦੇ ਰਹੋ। ਥੈਂਕ ਯੂ।